ਜਗਤ ਕੇ ਨਾਨੋ ਜਗਤ ਕੇ ਜਗਤ ਕੇ ਨਾਨੋ ਗਾਉਂਦਾ ਜੋ ਗਾਵੇ ਰੁਗੜਾ ਫਕੀਰ ਦਾਸ ਸਭ ਫਿਕਰ ਗਿਆ ਗੁਰੂ ਚਰਨਾਂ ਦੀ ਓਟ ਸਭ ਦੇ ਸਮੇਂ ਸਭ ਦੇ ਗੁਰੂ ਮਿਲਿਆ ਰੁੜਕੀ ਰੜਕ ਜਾਵੇ ਬੇਗਮ ਰੂਪ ਸਮਾਦੇ ਰੁੜਕੀ ਰੜਕ ਜਾਵੇ ਰੁੜਕੀ ਰੜਕ ਜਾਵੇ ਸਭ ਦੁੱਖ ਦੀ ਬੇਗਮ ਰੂਪ ਸਮਾਦ ਫਕੀਰ ਫਕਰ ਕੋਈ ਬਿਰਲਾ ਜਗ ਮੇ ਜੂਨ ਚੁਰਾਸੀ ਚੱਕਰ ਬੇਟਾ ਸਭ ਸੰਗਤਾਂ ਕੋ ਆਦੇਸ਼ ਨਾਮ ਜਪੋ ਤਾਂ ਮੁਕਤੇ ਸਭ ਸੰਗਤਾਂ ਕੋ ਆਦੇਸ਼ ਨਾਮ ਜਪੋ ਤਾਂ ਅੱਠ ਸੱਤ ਤੀਰਥ ਮੰਜਲ ਅੱਠ ਸੱਤ ਤੀਰਥ ਮੰਜਲ ਕਰੇ ਇਸ ਮਨ ਕੀ ਅੱਠ ਸੱਠ ਤੀਰਥ ਮੰਜਨ ਕਰੇ ਅੱਠ ਸੱਠ ਤੀਰਥ ਮੰਜਨ ਇਸ ਮਨ ਕੀ ਮੈਂ ਤਨ ਮਨ ਸੁਚਾਤਾ ਗੁਰੂ ਕਾ ਸ਼ਬਦ ਮਨ ਮੈਲੇ ਕੋ ਸੋਧ ਮਨ ਮੈਲੇ ਕੋ ਸੋਧ
ਸਵਾਸਾਂ ਦੀ ਮਾਲਾ ਸਭ ਨੂੰ ਗੁਰੂ ਕਾ ਸ਼ਬਦ ਹੈ ਸਭ ਨੂੰ ਗੁਰੂ ਕਾ ਸ਼ਬਦ ਪਾਣੀ ਸਤ ਸੰਗ ਲਾਈਏ ਸਤਿਗੁਰ ਤੋਂ ਬਿਨਾ ਸੁਰਤੀ ਨੂੰ ਸਤਿਗੁਰ ਤੋਂ ਬਿਨਾ ਸੁਰਤੀ ਨੂੰ ਪਟੜੇ ਸਤਨਾਮ ਜੋ ਬੋਲੇ ਸੋਧ ਪੈ ਸਤਿਗੁਰੂ ਦਾਸ ਮਹਾਰਾਜ ਕੀ ਕੀ ਹੈ ਸਾਡੇ ਬੱਚਿਆਂ ਨੂੰ ਬੇਨਤੀ ਹੈ ਕਿ ਤੁਸੀਂ ਇੱਕ ਸ਼ਬਦ ਪੜ੍ਹਨਾ ਗੁੜੀਆ ਰੈਸਰੀ ਤੋਂ ਜਲਦੀ ਆ ਜਾਵੇ ਗੁਰੂ ਅਰਜਨਾ ਦਾ ਆਨੰਦ ਪ੍ਰਾਪਤ ਕਰਨਾ ਜੀ ਕਰਤੇ ਹੈ ਕੋ
Hey!
Thank you.
ਬੜੀ ਈਸ਼ਵਰ ਦੇ ਵਜਨ ਕੇ ਹਰ ਸੁਰੀਰਾ ਚੋਗਿਕੇ ਬੜੇ ਸਤਿਦੇਵ ਮਹਾਰਾਜ ਕੇ ਆਪਣੇ ਆਪਣੇ ਗੁਰਦੇਵ ਮਹਾਰਾਜ ਕੀ ਵੀ ਪਾਈ ਉਹ
ਇੱਕ ਜੁੰਡ ਕਰਕੇ ਅੱਗੇ ਮੁੱਠ ਬੁੱਟੀ ਧਰ ਕੇ ਦੇਖ ਦੇ ਅੰਦਰ ਬੜ ਕੇ ਸਭ ਦੋਸਤ ਤਾਰੇ ਨੂੰ ਕੁੰਡੀ ਸ਼ਬਦ ਦੀ ਮੀਰਾ ਹੁਣ ਵਜੇ ਪਾਉਂਦੀ ਡੋਮ ਨਸੈ ਇੱਕ ਛੋਆ ਬੇ
ਬਸ ਮਹਾਰਾਜ ਧੰਨਵਾਦ। ਜੋ ਬੋਲੇ ਸੁਣਨ ਪੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਜੋ ਬੋਲੇ ਸੁਣਨ ਪੈ ਸਵਾਮੀ ਈਸ਼ਰਦਾਸ ਮਹਾਰਾਜ ਕੀ ਜੈ। ਜੋ ਬੋਲੇ ਸੁਣਨ ਪੈ ਸੰਤ ਬਾਬਾ ਗੁਰਦਿਆਲ ਦਾਸ ਮਹਾਰਾਜ ਕੀ ਜੈ। ਜੋ ਬੋਲੇ ਸੁਣਨ ਪੈ ਸਤਿਗੁਰੂ ਹਕੀਮ ਦਾਸ ਮਹਾਰਾਜ ਕੀ ਜੈ। ਜੋ ਬੋਲੇ ਸੁਣਨ ਪੈ ਸੰਤ ਜੀਤੂ ਰਾਮ ਜੀ ਮਹਾਰਾਜ ਕੀ ਜੈ। ਜੋ ਬੋਲੇ ਸੁਣਨ ਪੈ ਸੰਤ ਤਿਲਕਰਾਜ ਜੀ ਮਹਾਰਾਜ ਕੀ ਜੈ। ਸਭ ਸਮੂਹ ਸੰਗਤ ਜੀ ਹੈ, ਗੁਰੂ ਆਦਿ ਪ੍ਰਕਾਸ਼ ਪਰਮਾਤਮਾ ਸਾਗਰ ਜੀ ਹੈ, ਗੁਰੂ ਮਹਾਰਾਜ ਜੋ ਸੰਤ ਗੁਰਦਿਆਲ ਦਾਸ ਜੀ ਮਹਾਰਾਜ, ਉਹਨਾਂ ਦੀ ਅੱਜ ਪਾਵਨ ਬਰਸੀ ਹੈ। ਉਸ ਬਰਸੀ ਸਮਾਗਮ 'ਤੇ ਸਮੂਹ ਸੰਗਤਾਂ ਨੂੰ ਗਿਆਨਾਂ ਦੇ ਵਿੱਚ ਬਹੁਤ ਬਹੁਤ ਵਧਾਈ ਸੰਗਤਾਂ ਦੇ ਆਉਣ 'ਤੇ। ਸੰਤ ਗੁਰਦਿਆਲ ਦਾਸ ਜੀ ਮਹਾਰਾਜ ਅੱਜ ਦੇ ਦਿਨ ਉਸ ਜਿਨ੍ਹਾਂ ਨੇ ਸ਼ਬਦ ਪਹਿਲਾਂ ਮਹਾਂਪੁਰਸ਼ ਲਾ ਕੇ ਹਟੇ ਆ ਕਿ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਡੋਲ ਨਹੀਂ ਤੁਰਤਾ, ਨਾ ਤਸ਼ਵੀਸ਼ ਨਿਰਾਸ਼ ਮਵਾਲ ਖੌਫ ਨਾ ਖਤਰ ਨਾ ਤਰਸ ਜਵਾਲ। ਮਾਲੇ ਸੰਸਾਰ ਜਿਹੜਾ ਆ ਸਾਰਾ ਖੌਫ ਦੇ ਵਿੱਚ ਭੱਜੀ ਰਹੇ ਹਾਂ, ਸਾਨੂੰ ਨਿਤ ਨਵਾਂ ਕੋ ਡਰ ਲੱਗਾ ਰਹਿੰਦਾ, ਕਦੀ ਆਪਣੇ ਘਰੇਲੂ ਸਮੱਸਿਆਵਾਂ ਦਾ, ਕਦੀ ਆਪਾਂ ਨੂੰ ਹੋਰ ਕਿਸੇ ਕਿਸਮ ਦਾ। ਪਰ ਜਦੋਂ ਅਸੀਂ ਉਸ ਰਸਤੇ 'ਤੇ ਚੱਲ ਕੇ ਸਤਿਗੁਰੂ ਦੇ ਮਹਾਰਾਜ ਚਰਨਾਂ ਦੇ ਵਿੱਚ ਉਹ ਰੂਹ ਬਿਰਾਜਮਾਨ ਹੋ ਜਾਂਦੀ ਹੈ, ਤਾਂ ਉਹਦੇ ਜਿਹੜੇ ਸੰਸਾਰਕ ਜਿਹੜੇ ਜਿੰਨੇ ਵੀ ਦੁੱਖ ਕਲੇਸ਼ ਸਭ ਖਤਮ ਹੋ ਜਾਂਦੇ ਆ, ਜੋ ਆਵਾਗਮਨ ਦਾ ਚੱਕਰ ਆ ਸਾਰਾ ਖਤਮ ਹੋ ਜਾਂਦਾ। ਇਹ ਹੀ ਉਪਦੇਸ਼ ਕਰਦੇ ਸੰਤ ਜਨ, ਜੋ ਵੀ ਜਿੰਨਾ ਕਥਾ ਕੀਰਤਨ ਕਰਦੇ ਆ, ਇੱਕ ਨਾਮ ਦੇ ਉੱਪਰ ਹੀ ਜ਼ੋਰ ਪਾ ਰਹੇ ਆ ਕਿ ਇਹ ਜੀਵ ਤੇਰਾ ਇਹ ਸੰਸਾਰ 'ਤੇ ਆਉਣਾ ਜਿਹੜਾ ਆ ਉਹ ਬਹੁਤ ਕੀਮਤੀ ਹੈ। ਮਹਾਰਾਜ ਕਹਿੰਦੇ ਮਾਫ ਜਨਮ ਲੁੱਭ ਹੈ ਬਹੁਤ ਨਾ ਮਾਰੋ ਆ, ਜਿਉਂ ਫਲ ਪੱਕੇ ਭੋਇੰਗਰੇ ਤਾਂ ਬੋਟ ਨਾ ਲੱਗੇੜਾ। ਇਸ ਸੰਸਾਰ ਦੇ ਵਿੱਚ ਜਦੋਂ ਸਾਡੀ ਜੀਵ ਆਤਮਾ ਇਹ ਬੁੱਤ ਦੇ ਵਿੱਚੋਂ ਨਿਕਲ ਜਾਂਦੀ ਹੈ, ਕਹਿੰਦੇ ਉਹਦਾ ਜੀਉਣਾ ਜਿਹੜਾ ਆ ਉਹ ਮਹਾਂਕਠਿਨ ਆ। ਇਸ ਕਰਕੇ ਕਬੀਰ ਮਹਾਰਾਜ ਨੇ ਇੱਕ ਫਲ ਦਾ ਦ੍ਰਿਸ਼ਟਾਂਤ ਦਿੱਤਾ ਕਿ ਜਿੱਦਾਂ ਫਲ ਇੱਕ ਦਰਖਤ ਦੇ ਤੋਂ ਟੁੱਟ ਜਾਂਦਾ ਅਤੇ ਮੁੜ ਕੇ ਉਹਦਾ ਜੁੜਨਾ ਜਿਹੜਾ ਉਹ ਸੰਭਵ ਨਹੀਂ ਹੁੰਦਾ। ਇਸੇ ਤਰ੍ਹਾਂ ਸਾਨੂੰ ਉਹਦਾ ਮਾਫ ਜਨਮ ਆ, ਇਹ ਦੁਰਲੁੱਭ ਜਨਮ ਆ। ਇਹ ਮਹਾਰਾਜ ਕਹਿੰਦੇ ਸਾਰਿਆਂ ਜੂਨਾਂ ਦਾ ਸਰਦਾਰ ਆ, ਜਿਹੜਾ ਵਸਤਰ ਪਹਿਨਦਾ, ਚੰਗੇ 36 ਪ੍ਰਕਾਰ ਦੇ ਭੋਜਨ ਜਿਹੜੇ ਆ ਉਹ ਖਾ ਲਿਆ, ਮਨ ਚਾਹ ਜੋ ਵੀ ਆ, ਜਿਹੜੀ ਮਨ ਦੀ ਦੌੜ ਆ ਇਸ ਮਾਨਸ ਦੇਹੀ ਦੇ ਅੰਦਰ ਆ, ਪਸ਼ੂ 'ਚ ਪਾਏ ਆ, ਜਿਹੜਾ ਉਹਦਾ ਮਨ ਨਹੀਂ ਇਕੱਲਾ ਹੀ ਤਾਨੇ ਹੀ ਤਾਨੇ ਆ, ਅਤੇ ਜਿਹੜਾ ਇਸ ਸਾਡਾ ਸਰੀਰ ਆ ਮਾਨਸ ਜਨਮ ਆ, ਇਹਦੇ ਵਿੱਚ ਮਨ ਵੀ ਆ ਇਹ ਤਨ ਵੀ ਆ, ਜਿਹੜੇ ਦੇਵੀ ਦੇਵਤੇ ਆ ਉਹਨਾਂ ਦੇ ਕੋਲ ਇਕੱਲਾ ਮਨ ਹੀ ਮੰਨਿਆ, ਉਹਨਾਂ ਕੋਲ ਤਨ ਨਹੀਂ ਹੈਗਾ। ਸਾਡੇ ਕੋਲ ਦੋ ਹੀ ਆਪਸ਼ਨ ਦਿੱਤੇ ਆ ਮਹਾਰਾਜ ਨੇ, ਮਨ ਵੀ ਆ ਸਾਡਾ ਤਨ ਵੀ ਆ, ਅਤੇ ਤਨ ਦੇ ਨਾਲ ਅਸੀਂ ਉਸ ਸ਼ਬਦ ਦੀ ਕਮਾਈ ਕਰ ਸਕਦੇ ਹਾਂ, ਮਨ ਜਿਹੜਾ ਗੁਰੂ ਦੇ ਚਰਨਾਂ ਵਿੱਚ ਜੋੜ ਸਕਦੇ ਹਾਂ। ਇਹ ਸਾਨੂੰ ਸਤਿਗੁਰੂ ਮਹਾਰਾਜ ਨੇ ਉਪਦੇਸ਼ ਬਖਸ਼ਿਸ਼ ਕੀਤਾ, ਅਤੇ ਸਾਨੂੰ ਨਾਮ ਦੇ ਨਾਲ ਸਦਾ ਜੁੜਨਾ ਚਾਹੀਦਾ, ਸਵੇਰੇ ਸ਼ਾਮ ਉਹਦਾ ਧਿਆਨ ਕਰਨਾ ਚਾਹੀਦਾ, ਇਹ ਸੰਸਾਰ 'ਤੇ ਜਿਹੜਾ ਆਉਣਾ ਸਾਡਾ ਸਫਲ ਹੋ ਜਾਵੇ। ਜਿਹੜਾ ਮੇਨ ਮਕਸਦ ਅਸੀਂ ਭੁੱਲ ਕੇ ਬਹਿ ਗਏ ਹਾਂ, ਅਸੀਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਜੁੜੇ ਰਹਿੰਦੇ ਹਾਂ, ਜਦੋਂ ਕਿਤੇ ਵਿਆਹ ਸ਼ਾਦੀ ਹੁੰਦਾ ਜਾਂ ਕਿ ਹੋਰ ਸਾਡੇ ਕੰਮ ਕਾਰ ਹੁੰਦੇ ਅਸੀਂ ਨੱਠੇ ਜਾਂਦੇ ਹਾਂ ਆਪਣੇ ਰਿਸ਼ਤੇਦਾਰਾਂ ਦੇ ਵਿੱਚ। ਜਦੋਂ ਸਤਿਗੁਰੂ ਮਹਾਰਾਜ ਜੀ ਕਿਤੇ
ਬਾਣੀ ਦਾ ਪ੍ਰਚਾਰ ਪ੍ਰਸਾਰ ਹੋਣਾ ਹੁੰਦਾ ਤਾਂ ਅਸੀਂ ਉੱਥੋਂ ਪਤਰਾਉਂਦੇ ਹਾਂ, ਅਸੀਂ ਕੋਈ ਨਾ ਕੋਈ ਕੰਮ ਕੱਢ ਲੈਂਦੇ ਹਾਂ, ਪਰ ਜਿਹੜਾ ਮੇਨ ਮਕਸਦ ਸਾਡਾ ਸੰਸਾਰ 'ਤੇ ਆਉਣਾ ਇਹ ਹੀ ਆ, ਭਜਨ ਸਿਮਰਨ ਸੇਵਾ ਸਾਧ ਸੰਗਤ ਦੀ ਜਿੰਨੀ ਹੋ ਸਕੇ, ਤਦੇ ਹੀ ਸਾਡਾ ਇਹ ਜੀਵਨ ਦਾ ਉਤਾਰ ਉਤਾਰਾ ਹੋ ਸਕਦਾ। ਅਤੇ ਬਾਕੀ ਸੰਤਾਂ ਦੀ ਤੁਸੀਂ ਗੁਰਬਾਣੀ ਸੁਣਦੇ ਹਾਂ, ਸੰਤਾਂ ਨੂੰ ਇੱਕ ਬਹੁਤ ਵੱਡਾ ਸਵਾਮੀ ਸ਼ਰਧਾ ਦਾ ਸਾਡੇ ਉੱਤੇ ਇੱਕ ਹੋਰ ਉਪਰਾਲਾ ਆ, ਜਿਹੜਾ ਸਤਿਗੁਰੂ ਮਹਾਰਾਜ ਇੱਕ ਗੁਰੂ ਰਵਿਦਾਸ ਮਹਾਰਾਜ ਦਾ ਨਾਮ ਵਿੱਚ ਗੁਰੂ ਦਾ ਰੁਤਬਾ ਦੇ ਕੇ ਉਹ ਇਹ ਬਾਣੀ ਨੂੰ ਰਚ ਕੇ ਗਏ ਆ। ਅੱਜ ਜਿਹੜੇ ਵੱਡੇ ਵੱਡੇ ਸੰਤ ਮਹਾਤਮਾ ਰਿਸ਼ੀ ਮੁਨੀ ਜਿਹੜੇ ਸਾਡੇ ਪੰਜਾਬ ਦੇ ਵਿੱਚ ਵੀ ਆ, ਉਹਨਾਂ ਨੂੰ ਉਹ ਉੱਚੋ ਦਾਣੀ ਦੇ ਵਿੱਚ ਪਏ ਹੋਏ ਆ ਕਿ ਜਦੋਂ ਕੋਈ ਉਹ ਸ਼੍ਰੋਮਣੀ ਕਮੇਟੀ ਨੇ ਕੋਈ ਨਾ ਕੋਈ ਇੱਦਾਂ ਦੀ ਗੱਲ ਕਰ ਦਿੰਦੇ ਆ, ਅਤੇ ਰਵਿਦਾਸ ਮਹਾਰਾਜ ਦੇ ਨਾਂ ਦੇ ਉੱਤੇ ਤੁਸੀਂ ਯੂਟਿਊਬ ਦੇ ਉੱਪਰ ਖਬਰਾਂ ਸੁਣਦੇ ਹੋ ਸਾਰੀਆਂ, ਵੀ ਉਹ ਜੀ ਕਹਿੰਦੇ ਨੇ ਕਿ ਚਿੱਠੀ ਕੱਢੀ ਆ ਜਿਹਦੇ ਵਿੱਚ ਰਵਿਦਾਸ ਮਹਾਰਾਜ ਨੂੰ ਤੁਸੀਂ ਭਗਤ ਕਹਿ ਕੇ ਉਚਾਰਨ ਕਰਨਾ। ਇਹ ਸੇਵਕ ਦੀ ਮਰਜ਼ੀ ਆ, ਇਹ ਸੇਵਕਾਂ ਦੀ ਮਰਜ਼ੀ ਹੁੰਦੀ, ਉਹ ਕੀ ਕਹਿ ਕੇ ਆਪਾਂ ਬੁਲਾਉਣਾ, ਉਹ ਤੁਹਾਡੇ ਸਲਾਹ ਦੀ ਸਾਨੂੰ ਜ਼ਰੂਰਤ ਨਹੀਂ, ਸਾਡੇ ਉਹ ਕੀ ਆ, ਸਾਡਾ ਮਨ ਕਿੱਦਾਂ ਦਾ ਆ, ਉਹ ਸਾਡੇ 'ਤੇ ਡਿਪੈਂਡ ਕਰਦਾ ਵੀ ਅਸੀਂ ਉਹਨਾਂ ਨੂੰ ਕਿੱਡਾ ਕੁ ਵੱਡਾ ਰੁਤਬਾ ਦੇਣਾ ਆ। ਇਹਦੇ ਵਿੱਚ ਕਿਸੇ ਦੀ ਸਲਾਹ ਦੀ ਸਾਨੂੰ ਲੋੜ, ਸਾਡੇ ਪਿਓ ਨੂੰ ਅਸੀਂ ਕੀ ਕਹਿਣਾ ਕਿੰਨਾ ਕੁ ਸਤਿਕਾਰ ਦੇਣਾ, ਉਹ ਸਾਡੀ ਮਰਜ਼ੀ ਆਪਣੀ ਆ, ਉਹ ਸਾਡਾ ਆਪਣਾ ਫੈਸਲਾ ਆ, ਉਹਦੇ ਉੱਪਰ ਕਿਸੇ ਨੂੰ ਥੋਪਣਾ ਜਿਹੜਾ ਆ ਨਾ ਇਹ ਸਹੀ ਨਹੀਂ ਹੈਗਾ। ਇਹ ਵਿਵਾਦ ਲੋਕ ਜੋ ਵੀ ਪਾਉਂਦੇ ਆ ਇਹ ਸਤਿਗੁਰੂ ਨਾਲ ਜੁੜੇ ਨਹੀਂ ਹੁੰਦੇ, ਜਿਹੜੇ ਰਾਜਨੀਤਿਕ ਲੋਕ ਆ ਉਹਨਾਂ ਨੇ ਟਿੱਕੀ ਹੋਈ ਗੱਲ ਨੂੰ ਕਦੇ ਰਹਿਣ ਨਹੀਂ ਦੇਣਾ, ਵੀ ਜੇ ਉਹ ਕਿਤੇ ਜੁੜਿਆ ਆ ਉਹਨੂੰ ਜੁੜਿਆ ਰਹਿਣ ਦਈਏ, ਭਾਈਚਾਰਾ ਕਿਸਾਨ ਸਾਡੀ ਬਣੀ, ਉਹ ਜਿਹੜਾ ਕਿਸਾਨ ਜਿਹੜਾ ਆਪਣਾ ਕੰਮ ਕਰਕੇ ਪਿੱਛੇ ਹਟ ਜਾਂਦਾ ਅਤੇ ਸਮਾਜ ਦੇ ਵਿੱਚ ਜਿਹੜੇ ਵਿਤਕਰੇ ਦੁਬਾਰਾ ਸ਼ੁਰੂ ਹੋ ਜਾਂਦੇ ਆ, ਇਹ ਸਾਰਾ ਕਾਲ ਚੱਕਰ ਆ। ਇਹ ਆਫਤਾਂ ਸਾਡੇ 'ਤੇ ਆਉਣੀਆਂ ਕਿਉਂ ਆ ਅਤੇ ਕਿਉਂ ਆ ਰਹੀਆਂ? ਕਿਉਂਕਿ ਅਸੀਂ ਉਸ ਸੱਚ ਦੇ ਨਾਲ ਜੁੜੇ ਨਹੀਂ। ਜਦੋਂ ਕਿਤੇ ਰੂਹ ਕਹਿੰਦੇ ਕਿਸੇ ਹੋਰ ਦੀ ਹੋਵੇ, ਮੰਦਰ ਕਿਸੇ ਦਾ ਹੋਰ ਦਾ ਹੋਵੇ, ਰੂਹ ਕਿਸੇ ਦੀ ਹੋਰ ਦੀ ਰੱਖ ਦਈਏ, ਉਹ ਕਦੀ ਕੰਮ ਕਾਮਯਾਬ ਨਹੀਂ ਹੁੰਦੇ। ਅਸੀਂ ਰੂਹ ਕਿਸੇ ਮੰਦਰ ਕਿਸੇ ਹੋਰ ਦਾ ਬਣਿਆ, ਰੂਹ ਕਿਸੇ ਹੋਰ ਦੀ, ਜਿੰਨਾ ਚਿਰ ਅਸੀਂ ਆਪ ਕਾਜ ਦੇ ਲੜ ਨੂੰ ਨਹੀਂ ਫੜਦੇ, ਉਹਦੇ ਮੁਤਾਬਕ ਨਹੀਂ ਸੀ ਚੱਲਦੇ, ਸਾਨੂੰ ਇਹ ਸਮੱਸਿਆ ਦਾ ਵਾਰ ਸਾਹਮਣਾ ਕਰਨਾ ਹੀ ਪੈਣਾ ਸਾਡੇ ਸਮਾਜ ਨੂੰ। ਅਤੇ ਇਹ ਸਤਿਗੁਰੂ ਰਵਿਦਾਸ ਮਹਾਰਾਜ ਜਿਹੜੇ ਆ ਉਹ ਸਾਡੇ 'ਤੇ ਮਿਹਰ ਕਰਕੇ ਆਏ ਆ ਸੰਸਾਰ ਦੇ ਉੱਪਰ, ਉਹ ਗੁਰੂ ਸੀ, ਉਹ ਅਵਤਾਰ ਸੀ, ਉਹ ਰੱਬ ਸੀ, ਜਿਹੜੀ ਤਾਂ ਭਗਤ ਦੀ ਗੱਲ ਆ ਉਹ ਕਹਿ ਦਿੰਦੇ ਆ ਜੀ, ਇਹ ਭਗਤ ਲਿਖਿਆ ਗੁਰਬਾਣੀ ਦੇ ਵਿੱਚ, ਜਿੱਥੇ ਠਾਕੁਰ ਲਿਖਿਆ, ਜਿੱਥੇ ਪਰਮਾਤਮਾ ਲਿਖਿਆ, ਜਿੱਥੇ ਉਹਨੂੰ ਰੁਤਬਾ ਉੱਚਾ ਦਿੱਤਾ, ਉਸ ਗੱਲ ਨੂੰ ਰੁਕਿਆ ਜਾਂਦਾ, ਉਹ ਸਾਨੂੰ ਨਹੀਂ ਦੱਸਦੇ। ਸਾਡੇ ਗੁਰੂਆਂ ਨੇ ਇੱਡੇ ਵੱਡੇ ਰੁਤਬੇ ਵੀ ਉਹਨਾਂ ਨੂੰ ਬਖਸ਼ੇ ਆ, ਉਹ ਵਾਰ ਵਾਰ ਭਗਤ ਦੀ ਹੀ ਗੱਲ ਸਾਡੇ ਮੂਹਰੇ ਰੱਖ ਕੇ, ਉਹ ਮਨੋਗਤੀ ਸੋਚ ਵਿਚਾਰ ਧਰਮ ਨੂੰ ਰੱਖ ਕੇ, ਉਹ ਸਾਨੂੰ ਇਸ ਮਹਾਰਾਜ ਦੀ ਜਿਹੜੀ ਉਪਮਾ ਇਸ ਵੇਲੇ ਪੂਰੇ ਵਰਲਡ ਦੇ ਉੱਪਰ ਜਿਹੜੀ ਹੋ ਰਹੀ ਆ, ਪੂਰੇ ਸੰਸਾਰ ਭਰ ਦੇ ਵਿੱਚ ਜਿੰਨਾ ਰਵਿਦਾਸ ਮਹਾਰਾਜ ਦਾ ਤੁਸੀਂ ਮਤਲਬ ਪ੍ਰਚਾਰ ਸੁਣਦੇ ਹੈ ਯੂਟਿਊਬ ਦੇ ਉੱਪਰ ਜਾਂ ਫੇਸਬੁੱਕ ਦੇ ਉੱਪਰ, ਉਹ ਲੋਕ ਜੜ ਰਹੇ ਆ, ਉਹਨਾਂ ਦੇ ਬਰਦਾਸ਼ਤ ਨਹੀਂ ਹੁੰਦੀ ਇਹ ਗੱਲ ਜਿਹੜੀ ਆ, ਇਸ ਕਰਕੇ ਉਹ ਲੋਕ ਜਿਹੜੇ ਸਾਨੂੰ ਨੀਚਾ ਦਿਖਾਉਣ ਦੀ ਗੱਲ, ਸਾਡੇ ਮਹਾਂਪੁਰਖ ਨੂੰ ਸਾਡੇ ਸਾਰੀ ਸੰਗਤ ਦੀਆਂ ਭਾਵਨਾਵਾਂ ਉਹਨਾਂ ਨਾਲ ਜੁੜੀਆਂ ਆ, ਉਹਨਾਂ ਨੇ ਇਸ ਚੀਜ਼ ਨੂੰ ਨੀਚਾ ਦਿਖਾਉਣ ਵਾਸਤੇ ਇੱਦਾਂ ਦੀਆਂ ਸ਼ੈਤਾਨੀਆਂ ਕਾਰਨਾਮੇ ਕਰਦੇ ਆ, ਅਸੀਂ ਉਸ ਚੀਜ਼ ਨੂੰ ਨਹੀਂ ਲੈਣਾ। ਸਾਡੇ ਗੁਰੂ ਨੇ ਸਾਡੇ ਉੱਤੇ ਕਿਰਪਾ ਕੀਤੀ ਆ, ਜਿਹਨਾਂ ਨੂੰ ਫਿਕਰਿਆ ਉਹ ਦੌੜੇ ਭੱਜੇ ਫਿਰਦੇ ਆ, ਸਾਨੂੰ ਸੰਤਾਂ ਨੇ ਰਾਤ ਪ੍ਰਕਾਸ਼ ਦੇ ਵਿੱਚ ਗੁਰੂ ਦਾ ਰੁਤਬਾ ਦਿੱਤਾ, ਅਸੀਂ ਗੁਰੂ ਕਹਿ ਰਹੇ ਹਾਂ, ਜੈ ਗੁਰੂ ਪੀਰ ਦਾ ਨਾਰਾ ਸਾਡਾ। ਅਤੇ ਬਾਕੀ ਜਿੰਨੀਆਂ ਵੀ ਮੀਟਿੰਗਾਂ ਜਿੱਥੇ ਜਿੱਥੇ ਵੀ ਹੋਈਆਂ ਸੰਤਾਂ ਮਹਾਤਮਾ ਦੀਆਂ, ਉਹ ਗੱਲ ਤਾਂ ਜ਼ਰੂਰ ਕਰਦੇ ਜੀ, ਅਸੀਂ ਗੁਰੂ ਕਹਿਣਾ, ਅਸੀਂ ਵੀ ਸਾਨੂੰ ਕੋਈ ਰੋਕ ਨਹੀਂ ਸਕਦਾ, ਪਰ ਜਿਹੜੀ ਮੇਨ ਮੁੱਦੇ ਦੀ ਗੱਲ ਕੋਈ ਨਹੀਂ ਕਰਦਾ ਸੰਤ ਮਹਾਤਮਾ, ਮੁੜ ਕੇ ਗੱਲ ਉੱਥੇ ਜੀ ਉੱਥੇ ਰਹਿ ਜਾਂਦੀ ਆ। ਤੋ ਚਲੋ ਇਹਨਾਂ ਗੱਲਾਂ ਨੂੰ ਆਪਾਂ ਬਹੁਤਾ ਨਾਲ ਜਾਂਦੇ ਹੋਏ
ਆਪਾਂ ਸਤਿਗੁਰੂ ਰਵਿਦਾਸ ਮਹਾਰਾਜ ਦਾ ਵਿਕਾਰਾ ਛੱਡੋ ਕਿ ਨਾਮ ਤੱਕ ਛੱਪ ਜਾਂਦੇ ਹਾਂ ਅਤੇ ਆਪਣੇ ਗੁਰੂ ਰਵਿਦਾਸ ਮਹਾਰਾਜ ਦੀ ਜੋ ਬਾਣੀ ਆਦਿ ਕਹਿੰਦੀ ਹੈ ਵੱਧ ਤੋਂ ਵੱਧ ਸੁਣੋ ਅਤੇ ਇਹਦਾ ਜੋ ਸੰਤਾਂ ਨਾਮ ਭਜਨ ਕੀਤਾ ਸ਼ਬਦ ਦਾ ਉਹ ਸਭ ਤੁਸੀਂ ਜਾਣਦੇ ਹਾਂ ਉਹਦਾ ਅਭਿਆਸ ਕਰੋ ਅਤੇ ਕਦੀ ਸਮਾਂ ਆਉਣਾ ਮਹਾਰਾਜ ਦੀ ਬਾਣੀ ਦਾ ਸੱਚ ਜਿਹੜਾ ਬਹੁਤ ਲੇਟ ਹੁੰਦਾ ਧੀਰ ਦਾ ਵਿਚਾਰਾ ਜ਼ਿਆਦਾ ਹੁੰਦਾ ਕਦੀ ਸਮਾਂ ਆਊਗਾ ਪ੍ਰਕਾਸ਼ ਮਾਰਗ ਪਰ ਜਲਤ ਹੋਊਗਾ ਅਤੇ ਚਲੋ ਗੁਰੂ ਮਹਾਰਾਜ ਆਪਣੀ ਕਿਰਪਾ ਕਰਨਗੇ ਜੋ ਬੋਲੇ ਸੋਨ ਰੁਪਇਆ ਸਤਿਗੁਰੂ ਦਾਸ ਮਹਾਰਾਜ ਕੀ ਹੈ ਕੀਤੀ ਮੇਰ ਦੀ ਨਜ਼ਰ ਆਈ ਆਪ ਸਤਿਗੁਰ 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 ਕੀਤੀ ਮੇਰ ਦੀ ਨਜ਼ਰ ਆਏ ਆਪ ਸਤਿਗੁਰੂ ਕੀਤੀ ਮੇਰ ਦੀ ਨਜ਼ਰ ਆਪ ਸਤਿਗੁਰੂ ਬੇਗਮਪੁਰੇ ਦੀ ਜੋ ਜੋਤ ਕਰਾਏ ਆਪ ਸਤਿਗੁਰੂ ਬੇਗਮਪੁਰੇ ਦੀ ਜੋ ਜੋਤ ਕਰਾਏ ਆਪ ਸਤਿਗੁਰੂ ਬੇਗਮਪੁਰ ਆਪ ਸਤਿਗੁਰੂ ਬੇਗਮਪੁਰ ਦੀ ਜੋਤ ਕਰਾਏ ਆਪ ਸਤਿਗੁਰੂ ਕੀਤੀ ਮੇਰ ਦੀ ਨਜ਼ਰ ਆਏ ਆਪ ਸਤਿਗੁਰ ਕੀਤੀ ਮੇਰ ਦੀ ਨਜ਼ਰ ਆਏ ਆਪ ਸਤਿਗੁਰ ਕੀਤੀ ਮੇਰ ਦੀ ਨਜ਼ਰ ਆਏ ਆਪ ਸਤਿਗੁਰ ਕੀਤੀ ਮੇਰ ਦੀ ਨਜ਼ਰ ਆਏ ਆਪ ਸਤਿਗੁਰੂ ਅਖਤੇ ਬਿਪਰੀ ਨਗਾਏ ਜਪੀ ਜੋਤ ਨੇ ਚੜਾਏ ਆਏ ਆਪ ਸਤਿਗੁਰੂ ਕੀਤੀ ਮੇਰ
ਸ਼ਮਾਰ ਆਏ ਸ਼ਕਤੀ ਦੇ ਅਵਤਾਰ ਜੀ ਦੀਪ ਬੇਸ਼ਮਾਰ ਗੁਰਦੇਵ। ਇਹਨਾਂ ਸ਼ਬਦਾਂ ਨਾਲ ਮੈਂ ਬਾਣੀ ਨੂੰ ਵਿਰਾਮ ਦਿੰਦਾ ਜੀ। ਜੇ ਕੋਈ ਗਲਤੀ ਹੋ ਗਈ ਤਾਂ ਮਾਫ ਕਰਨਾ, ਮੈਂ ਕੋਈ ਕਲਾਕਾਰ ਨਹੀਂ, ਮੈਂ ਆਪ ਸਾਧ ਸੰਗਤ ਦੇ ਚਰਨਾਂ 'ਚ ਧੂੜਿਆ। ਕਦੀ ਕਦੀ ਸ਼ਬਦ ਦਾ ਮੌਕਾ ਮਿਲਦਾ, ਜਿਹਨਾਂ ਦਾ ਰਿਆਜ਼ ਰੁੱਝਦਾ ਹੁੰਦਾ ਉਹਨਾਂ ਦਾ ਜਿਹੜਾ ਆ ਉਹ ਸੁਰਤਾਲ ਵਧੀਆ ਹੁੰਦਾ। ਅਸੀਂ ਤਾਂ ਕਹਿੰਦੇ ਹੁੰਦੇ ਮਨ ਦੇ ਗੁਣ ਗਾ ਭਾਵੇਂ ਕੱਟੇ ਵਾਹਲੜਾ, ਮਤਲਬ ਉਹਦੇ ਗੁਣ ਜਿਹੜੇ ਗਾਣੇ ਆ ਉਹ ਮੈਨੂੰ ਲਾਜ਼ਮੀ ਆ ਕਿ ਸਾਡਾ ਕੰਮ ਸੁਣਾ ਨੂੰ ਧਿਆਨ ਦੇਣ ਦਾ ਨਹੀਂ ਹੈਗਾ। ਅਸੀਂ ਤਾਂ ਗੁਰੂ ਮਹਾਰਾਜ ਦੇ ਚਰਨਾਂ ਦੀ ਧੂੜਿਆ ਸੱਚੇ ਪਾਤਸ਼ਾਹ ਦੀ। ਸੋ ਜੋ ਗਲਤੀ ਮੈਂ ਤਾਂ ਮਾਫ਼ ਕਰਨਾ, ਜੈ ਗੁਰਦੇਵ ਧੰਨ ਗੁਰਦੇਵ। ਜੋ ਬੋਲੇ ਸੁਣ ਵੈ ਸਤਿਗੁਰੂ ਫਕੀਰ ਦਾਸ ਮਹਾਰਾਜ ਕੀ ਜੈ। ਸਰਬ ਸੰਗਤਾਂ ਨੂੰ ਦਾਸ ਵੱਲੋਂ ਜੈ ਗੁਰਦੇਵ। ਉਹ ਸਾਰੀਆਂ ਸੰਗਤਾਂ ਨੂੰ ਕਹੀਏ ਇਹ ਵਧਾਈ ਵੀ ਹੈ ਕਿ ਬਾਬਾ ਗੁਰਦਿਆਲ ਦਾਸ ਮਹਾਰਾਜ ਜੀ ਦੀ ਬਰਸੀ ਕੰਮ ਮਨਾ ਰਹੇ ਹੋ ਅਤੇ ਉਹਨਾਂ ਦੀ ਖੁਸ਼ੀ ਦੇ ਪਲਸ ਵਿੱਚ ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਪਰਚੀਆਂ ਨਾਮ ਜਪਣ ਵਾਲਿਆਂ ਦੀਆਂ ਮਨਾਈਆਂ ਜਾਂਦੀਆਂ, ਵਧਾਈਆਂ ਵੀ ਦਿੱਤੀਆਂ ਜਾਂਦੀਆਂ, ਪਰਚੀਆਂ ਦੇ ਉੱਪਰ ਵੀ ਵਧਾਈਆਂ ਦਿੱਤੀਆਂ ਜਾਂਦੀਆਂ। ਇਹ ਨਹੀਂ ਹੈ ਕਿ ਜਨਮ ਦੇ ਉੱਪਰ ਹੀ ਦਿੱਤੀਆਂ ਜਾਂਦੀਆਂ। ਅਤੇ ਥੋੜ੍ਹੀ ਸਾਖੀ ਸੁਣਾਉਣੀ ਤੁਹਾਨੂੰ 1918 ਦੀ। ਸਤਿਗੁਰੂ ਸਵਾਮੀ ਸਰਦਾਰ ਮਹਾਰਾਜ ਜੀ ਹਿਮਾਚਲ ਦਾ ਭ੍ਰਮਣ ਕਰਨ ਦੇ ਵਾਸਤੇ ਨਿਕਲੇ। ਉਹਨਾਂ ਨੇ ਕੇਵਲ 16 ਸਾਲ ਦੀ ਉਮਰ ਦੇ ਵਿੱਚ ਘਰ ਦਾ ਤਿਆਗ ਕੀਤਾ, ਹਿੱਟ ਦੇਣਾ ਤੇ ਕੇਵਲ 13 ਮਹੀਨੇ ਘੋਰ ਤਪ ਕੀਤਾ ਹੈ। ਕਿੱਥੇ ਕੀਤਾ ਹੈ? ਬਹੁਤ ਸੰਤਾਂ ਘੱਟ ਜਾਣਦੇ। 13 ਮਹੀਨੇ ਬਿਨਾਂ ਅੰਨ ਜਲ ਤੋਂ ਕਲੇਸ਼ਵਰ ਦੀ ਧਰਤੀ ਦੇ ਉੱਪਰ ਵਿਆਸ ਨਦੀ ਦਾ ਕਿਨਾਰਾ ਹੈ। ਮਹਾਰਾਜ ਕਹਿੰਦੇ ਉਹ ਪਿੰਡ ਪਹਾੜ ਹੀ ਠਾਕੁਰ ਭੱਜਿਆ, ਠਾਕੁਰ ਦਰਸ਼ਨ ਦੇਣਾ ਇਸ ਦੇ ਅਨੁਭਵ, ਠਾਕੁਰ ਰਚਿਓ ਗ੍ਰੰਥ ਦੇਣਾ, ਨਾ ਵਿਦਿਆ ਕੋ ਪੜ੍ਹੀ ਹੈ ਨਾ ਪਿਕਲ ਕੀ ਸਾਰ, ਸ੍ਰੀ ਗੁਰੂ ਰਵਿਦਾਸ ਦੀ ਕਿਰਪਾ ਚੇ ਲਿਖੋ ਗ੍ਰੰਥ ਅਪਾਰ। 13 ਮਹੀਨੇ ਦਾ ਤਪ ਕੀਤਾ ਸਤਿਗੁਰਾਂ ਨੇ, ਮਹਾਕਾਲ ਦੇ ਦਰਸ਼ਨ ਹੋਏ, ਆਤਮਿਕ ਮਹਾਰਾਜ ਦਰਸ਼ਨ ਹੋਏ। ਉਹਨੇ ਹੁਕਮ ਦਿੱਤਾ ਹੈ ਤੇ ਆਪ ਜੀ ਨੇ ਮਹਾਕਾਵਿ ਰਚਨਾ ਕਰਨੀ। ਤਾਂ ਸਤਿਗੁਰੂ ਗਗਰੇਟ ਵਿੱਚ ਆਉਂਦੇ ਹੋਏ ਉਹਨੇ ਦੀ ਧਰਤੀ ਤੇ ਪਹੁੰਚੇ। ਮਹਾਰਾਜ ਉਸ ਵੇਲੇ ਰਿਆਸਤ ਦੇ ਰਾਜ ਹੋਇਆ ਕਰਦਾ ਸੀ। ਹਜ਼ੂਰ ਬਾਬਾ ਅਜੀਤ ਸਿੰਘ ਬੇਦੀ ਜੀ ਗੱਦੀ ਦੇ ਉੱਪਰ ਵਿਰਾਜਮਾਨ ਸੀ। ਉਸ ਮੌਕੇ ਦੀ ਗੱਲ ਹੈ ਕਿ ਉਹਨੇ ਦੀ ਧਰਤੀ ਦੇ ਵਿੱਚ ਸਤਿਗੁਰੂ ਪੁੱਛ ਰਹੇ ਹਨ ਕਿ ਭਾਈ ਅਸੀਂ ਆਪ ਧਰਮੀਆਂ ਲਈ ਜਾਣਾ ਹੈ। ਮਹਾਰਾਜ ਆਪ ਧਰਮੀਆਂ ਨੂੰ ਕਹਿੰਦੇ ਨੇ ਚਮਾਰਾ ਆਪ ਧਰਮੀ ਕਹਿੰਦੇ ਉਸ ਵੇਲੇ ਅੰਗਰੇਜ਼ ਸ਼ਾਸਨ
ਆ ਭਾਵੇਂ ਦੇ ਜਾਣਾ ਹੈ ਦੂਸਰੇ ਲਈ ਮਹਾਰਾਜ ਕਹਿੰਦੇ ਆ ਧਰਮੀ ਜਿੱਥੇ ਕੁਲੀਆਂ ਦੇ ਵਿੱਚ ਰਹਿੰਦੇ ਸੀ ਅੱਜ ਉਹ ਮਹਿਲਾਂ ਦੇ ਵਿੱਚ ਰਹਿ ਰਹੇ ਤੇ ਕਿਹੜੀ ਕਿਰਪਾ ਸਾਨੂੰ ਸੁਆਮੀ ਸਰਦਾਰ ਮਹਾਰਾਜ ਦੀ ਕਿਰਪਾ ਕੁਲੀਆਂ ਦੇ ਵਿੱਚ ਰਹਿੰਦੇ ਸੀ ਜਿਸ ਤਰ੍ਹਾਂ ਬਾਜੀ ਰਹਿੰਦੇ ਨਾ ਹੋਰ ਰਹਿੰਦੇ ਆ ਚੋਰੀ ਬੱਚੇ ਤੈਅ ਹੋ ਗਿਆ ਲੇਕਿਨ ਇਸ ਤਰ੍ਹਾਂ ਦੇ ਨਾਲ ਨਿਵਾਸ ਕਰਦੇ ਸੀ ਤਾਂ ਉਹਨਾਂ ਨੇ ਨਾਨਕ ਸਾਹਿਬ ਦੀ ਧਰਤੀ ਹੈ ਉੱਥੇ ਤਪ ਕਰਨਾ ਸ਼ੁਰੂ ਕਰ ਦਿੱਤਾ ਨਾਨਕ ਸਾਹਿਬ ਦੀ ਧਰਤੀ ਹੈ ਉੱਥੇ ਲੇਕਿਨ ਜਨਮ ਸਾਖੀ ਦੇ ਵਿੱਚ ਗਲਤ ਲਿਖਿਆ ਹੈ ਗੁਰੂ ਸਾਹਿਬ ਤੇ ਲਿਖਿਆ ਹੈ ਉਹ ਨਾਨਕ ਸਾਹਿਬ ਨਾਨਕ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੇ ਤਪ ਕਰਨਾ ਸ਼ੁਰੂ ਕਰ ਦਿੱਤਾ ਉੱਥੇ ਮਹਾਰਾਜ ਨੇ ਬੱਕਰੀਆਂ ਦੇ ਵਾਸਤੇ ਚਾਰਾ ਲੈਣ ਵਾਸਤੇ 85 ਸਾਲ ਦੀ ਉਮਰ ਦੇ ਵਿੱਚ ਹੁਣ ਜਾ ਰਿਹਾ ਭਗਤ ਰਲੀਆ ਰਾਮ ਜੀ ਆ ਰਿਹਾ ਜਿਨ੍ਹਾਂ ਨੂੰ ਬਾਣੀ ਦੇ ਵਿੱਚ ਜਨ ਸਾਖੀ ਭਗਤ ਕਰਕੇ ਆਇਆ ਰਲੀਆ ਰਾਮ ਜੀ ਮਹਾਰਾਜ ਕਹਿੰਦੇ ਇੱਕ ਵਾਰੀ ਦੇਖਿਆ ਦੋ ਵਾਰੀ ਦੇਖੇ ਤਿੰਨ ਵਾਰੀ ਦੇਖਿਆ ਕਿ ਇੱਕ ਲੜਕਾ ਨਗਨ ਅਵਸਥਾ ਦੇ ਵਿੱਚ ਜੰਗਲ ਦੇ ਵਿੱਚ ਘੁੰਮਦਾ ਹੈ ਇਹ ਕੌਣ ਹੋ ਜਾ ਚਾਹੀ ਤੇ ਰਲੀਆ ਰਾਮ ਜੀ ਨੇ ਸੋਚਿਆ ਕਿ ਉਹ ਸਲਾਹ ਕਰ ਰਿਹਾ ਹੈ ਕੋਈ ਸਿੱਧੀ ਪ੍ਰਾਪਤ ਕਰ ਰਿਹਾ ਹੈ ਮਹਾਰਾਜ ਜਿਹੜਾ ਪੰਜਵੀਂ ਵਾਲੀ ਦੇਖੀ ਨਾ ਸਵਾਮੀ ਸਰਦਾਰ ਮਹਾਰਾਜ ਨੇ ਕੇਵਲ ਲੰਗੋਟੀ ਲਗਾਈ ਹੋਈ ਸੀ ਸਰੀਰ ਦੇ ਉੱਪਰ ਕੋਈ ਕੱਪੜਾ ਨਹੀਂ ਸੀ ਮੇਰੇ ਬਜ਼ੁਰਗ ਦੱਸਦੇ ਜੀ ਮੈਂ 6ਵੀਂ ਪੀੜ੍ਹੀ ਦੇ ਵਿੱਚ ਬੈਠਾ ਤਾਂ ਮਹਾਰਾਜ ਨੇ ਉਸ ਵੇਲੇ ਲੰਗੋਟੀ ਸੰਤਾਂ ਨੇ ਤੇੜ ਦੇ ਵਿੱਚ 17 ਸਾਲ ਦੀ ਉਮਰ ਸੀ ਫਾਰਮਾ ਲੱਗਿਆ ਸੀ ਚਲੋ ਦੋ ਤਿੰਨ ਮਹੀਨੇ ਹੋਏ ਸੀ ਜੁਲਾਈ ਦਾ ਮਹੀਨਾ ਬਰਸਾਤ ਜਿਹਨੂੰ ਮਹਾਰਾਜ ਕਹਿੰਦੇ ਸੌਣ ਦਾ ਮਹੀਨਾ ਵੀ ਕਹਿੰਦੇ ਹੋਰ ਵਰਖਾ ਵੀ ਹੋ ਰਹੀ ਸੀ ਤੇ ਲੜਕੇ ਰਾਤ ਖੜਿਆ ਬੇਟਾ ਸੀ ਰਾਤ ਧਰ ਕੇ ਚਲੋ ਸੰਤ ਮਹਾਰਾਜ ਨੇ ਸੰਤਾਂ ਨੂੰ ਪ੍ਰਵੇਸ਼ ਕੀਤਾ ਗਾਉਂ ਅਰਨਿਆਲੇ ਦੇ ਵਿੱਚ ਉਹਨੇ ਤੋਂ ਕੇਵਲ 1.5 ਕਿਲੋਮੀਟਰ ਦੂਰ ਗਾਉਂ ਅਰਨਿਆਲਾ ਹਰਿਆਣੇ ਗਾਉਂ ਦੇ ਵਿੱਚ ਪ੍ਰਵੇਸ਼ ਕੀਤਾ ਸਤਿਗੁਰ ਸਵਾਮੀ ਸਰਦਾਸ ਮਹਾਰਾਜ ਜੀ ਉੱਤੇ ਮਹਾਰਾਜ ਨੇ ਸ਼ਬਦ ਉਚਾਰਨਾ ਸ਼ੁਰੂ ਕਰ ਦਿੱਤੇ ਲੇਕਿਨ ਲਖਾ ਰਹੇ ਕੁਛ ਲਿਖਿਆ ਹੈ ਥੋੜਾ ਲਿਖਿਆ ਲੇਕਿਨ ਉਹਨਾਂ ਨੇ ਅਨੇਕਾਂ ਸ਼ਬਦ ਜਨਮ ਸਾਖੀ ਦੇ ਵਿੱਚ ਦਰਜ ਹੈ ਉਹ ਅਰਨਿਆਣੇ ਦੀ ਧਰਤੀ ਭਗਤ ਰਲੀਆ ਰਾਮ ਜੀ ਦੇ ਗ੍ਰਹਿ ਵਿਖੇ ਲਿਖਣੇ ਸ਼ੁਰੂ ਕੀਤੇ ਮਹਾਰਾਜ ਕਹਿੰਦੇ ਜਿਸ ਵੇਲੇ ਮਹਾਰਾਜ ਜੀ ਨੂੰ 8 ਮਹੀਨੇ ਹੋ ਗਏ ਨਾ ਉੱਥੇ ਰਹਿੰਦੇ ਹੋਏ 3 ਸਾਲ ਰਹੇ ਰਲੀਆ ਰਾਮ ਜੀ ਦੇ ਘਰ ਦੇ 18, 19, 20 ਉਹ ਤੋਂ ਬਾਅਦ ਸੇਵਾ ਚੱਲੀ ਪੁਠਾਰ ਮਹਾਰਾਜ ਕਹਿੰਦੇ ਕਿ ਅਸੀਂ ਘਰ ਦੇ ਵਿੱਚ ਨਹੀਂ ਰਹਿਣਾ ਥੋੜੀ ਦਿੱਕਤ ਹੋਵੇ ਅਸੀਂ ਉੱਥੇ ਜਾਣਾ ਜਿੱਥੇ ਤੁਸੀਂ ਸਾਨੂੰ ਲੈ ਕੇ ਆਏ ਕੇਵਲ 21 ਦਿਨ ਦੇ ਵਾਸਤੇ ਗੱਲ ਸੁਣਨ ਵਾਲੀ ਥੋੜ੍ਹੀ ਜਿਹੀ ਹੈ ਜੇ ਅਗਰ ਟਾਈਮ ਜ਼ਿਆਦਾ ਵੀ ਹੋ ਗਿਆ ਤਾਂ ਸੰਗਤ ਤੇ ਮਾਫੀ ਕਰ ਦਿੰਦਾ ਕਿ ਅੱਜ ਦੀ ਗੱਲ ਹੈ ਕਿਸੇ ਨਹੀਂ ਦੱਸਣੀ ਤੁਹਾਨੂੰ ਤੁਹਾਰੇ ਕਹਿੰਦੇ 8 ਮਹੀਨੇ ਬਾਅਦ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਕਿ ਉੱਥੇ ਜਾਣਾ ਹੈ ਜਿੱਥੇ ਤੁਸੀਂ ਮੈਨੂੰ ਲੈ ਕੇ ਆਏ ਲੇਕਿਨ 21 ਦਿਨ ਬਾਅਦ ਲੇਕਿਨ ਉਹਨੇ ਫਿਰ ਦੁੱਧ ਪੀਣਾ ਮਹਾਰਾਜ ਬਾਣੀ ਦੇ ਲਿਖਿਆ ਦੁੱਧ ਹੀ ਸੇਵਾ ਰਲੀਆ ਕਰੇ ਕੇਵਲ ਦੁੱਧ ਹੀ ਪੀਣਾ ਹੋਰ ਕੁਛ ਨਹੀਂ ਖਾਣਾ
ਲੇਕਿਨ ਹਰੀਆ ਰਾਮ ਦੇ ਪੰਜ ਉਸ ਵੇਲੇ ਲੜਕੇ ਸੀ, ਪੰਜ ਬਹੁਆਂ ਸਨ, ਸਿਆਣੇ ਫਿਰ ਤਾਂ ਲੇਕਿਨ ਸਾਰਾ ਪਰਿਵਾਰ ਇਕੱਠਾ ਸੀ। ਕਹਿੰਦੇ ਬੇਟਾ ਦੁੱਧ ਜਿੰਨਾ ਮਰਜ਼ੀ ਪੀ ਲੇਕਿਨ ਮੈਨੂੰ ਦੱਸਣਾ ਪਿਆ ਬਾਬਾ, ਸਮੇਂ ਆਣ ਕੇ ਦੱਸਣਾ ਹੈ ਕਿ ਕਿਹੜੀ ਸਿੱਧੀ ਕਰ ਰਿਹਾ। ਤੁਹਾਰਾ ਕਹਿੰਦੇ ਜਿਸ ਵੇਲੇ 18ਵਾਂ ਦਿਨ ਪ੍ਰਵੇਸ਼ ਹੋਇਆ ਨਾ, ਸਾਡੇ ਉੱਪਰ ਜੰਗਲ ਹੈ, ਹੈਗਾ ਵੀ ਜੰਗਲ ਉਹ ਮੌਜੂਦ ਹੈ, ਇੱਥੇ ਸਾਡਾ ਸੜਕ ਆਬਾਦੀ ਜਾ ਕੇ ਨਾ ਪਿੰਡ ਦੀ ਉੱਪਰ ਪਗੇ ਢਿਹਾਂ ਚ ਦੱਸਦੀਆਂ ਨਾ ਬੜਬੜੀਆਂ ਉੱਚੀਆਂ 100-100 ਫੁੱਟ ਦੀਆਂ ਮਾਰਾ ਕਰ ਉਸ ਵੇਲੇ ਹੋਇਆ ਕਰਦਾ ਸੀ ਉੱਪਰ ਉੱਪਰ। ਮਹਾਰਾ ਕਹਿੰਦੇ ਜਿੱਥੇ ਸਵਾਮੀ ਸਰਦਾਸ ਮਹਾਰਾਜ ਜੀ ਤਪ ਕਰ ਰਹੇ ਹੈ ਇੱਕ ਹੀ ਦਿਨ ਵਾਸਤੇ, 18ਵੇਂ ਦਿਨ ਦੇ ਵਿੱਚ ਪ੍ਰਵੇਸ਼ ਹੋਏ ਤੇ ਉਸ ਜੰਗਲ ਨੂੰ ਇਸ ਤਰ੍ਹਾਂ ਲੱਗਿਆ ਹੈ ਜਿਵੇਂ ਅੱਗ ਲੱਗੀ ਹੋਈ ਹੈ, ਜਦ ਸੂਰਜ ਦਾ ਪ੍ਰਕਾਸ਼ ਹੁੰਦਾ ਨਾ ਚੜ੍ਹਦੇ ਸੂਰਜ ਦਾ ਇਸ ਤਰ੍ਹਾਂ ਦਾ ਘੜਾਉਂਦੇ ਪਾਸੇ ਹੋ ਰਿਹਾ। ਮਹਾਰਾ ਕਹਿੰਦੇ ਜਲਦੀ ਵਾਲੀ ਆਰਾਮ ਇੱਥੇ ਪਹੁੰਚੋ, ਤੋਂ ਲੈਂਡ ਨਹੀਂ ਇਸ ਟਾਈਮ ਪਹੁੰਚਣ ਉੱਥੇ ਨਹੀਂ ਕੁਛ ਵੀ ਨਹੀਂ। ਸਤਿਗੁਰਾਂ ਨੇ ਪਹਿਲਾਂ ਦੁੱਧ ਪੜਾਇਆ ਤੇ ਕਹਿਣ ਲੱਗੇ ਬੇਟਾ ਬੇਟਾ ਸਾਦੇ ਚ ਸੂਰਜ, ਬੇਟਾ ਇਹ ਪ੍ਰਕਾਸ਼ ਜਿਹੜੀ ਅਗਨ ਇਹ ਕਿੱਥੇ ਗਈ? ਤੇ ਸਤਿਗੁਰੂ ਸਾਹਿਬ ਜੀ ਨੇ ਕੀ ਉਹਨਾਂ ਨੂੰ ਕੁਛ ਦੇਖ ਲਿਆ, ਕਹਿੰਦੇ ਮੈਂ ਦੇਖਣਾ ਹੈ ਦੁੱਧ ਤੈਨੂੰ ਮੈਂ ਇੱਥੇ ਨਹੀਂ ਪੜਾ ਰਿਹਾ, ਕਿਹੜੀ ਸਿੱਧੀ ਤਿਆਰ ਕਰ ਰਿਹਾ। ਤੁਹਾਰਾ ਕਹਿੰਦੇ ਮੁੱਖ ਦੀ ਗੱਲ ਕਿਹਾ, 20ਵੇਂ ਦਿਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਵਰਨੀ ਚੋਰ ਹੋ ਰਹੀ ਹੈ, ਸਵਰਨੀ ਸਿਧਾਂਤਨ ਲੱਗਿਆ ਹੋਇਆ ਹੈ ਔਰ ਸਵਰਨੀ ਹੀ ਮੁਕਤ ਲੱਗਿਆ ਹੋਇਆ ਸਿਰ ਦੇ ਉੱਤੇ। ਕੌਣ ਦੇਖ ਰਿਹਾ? ਪੰਡਿਤ ਰਵੀ ਆਰਾਮ ਔਰ ਸਵਾਮੀ ਸਰਦਾਸ ਮਹਾਰਾਜ ਦੇਖ ਰਹੇ ਹੋ, ਔਰ ਕਿਸੇ ਨੇ ਨਹੀਂ ਦੇਖਿਆ। ਬੋਲ ਸਿੰਘ ਰਵਿਦਾਸ ਦਰਸ਼ਨ ਕਰਾਏ ਹੈ, ਲੇਕਿਨ ਇਹ ਵੀ ਕਹਿਤਾ ਬਾਬਾ ਜੀ ਅੱਜ ਤੋਂ ਇਹ ਗੱਲ ਲੀਕ ਨਹੀਂ ਕਰਨੀ ਹੈ। ਤੇ ਉੱਥੇ ਕਿਆ ਹੁਕਮ ਹੋਇਆ ਹੈ? ਆਤ ਪ੍ਰਕਾਸ਼ ਲਿਖਣ ਦਾ ਹੁਕਮ ਮਹਾਰਾਜ ਨੇ ਪਹਿਲੇ ਹੋ ਚੁੱਕਿਆ ਸੀ, ਲੇਕਿਨ ਪਾਣੀ ਆਣੀ ਸ਼ੁਰੂ ਹੋ ਗਈ। ਬਹੁਤ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਇਹ ਗੁਰੂ ਗੁਰੂ ਨਾਨਕ ਸਾਹਿਬ ਆਏ ਤੇ ਉਹਦਾ ਨਾਂ ਨਾਨਕ ਸਰ ਰੱਖਿਆ ਗਿਆ ਬੇਦੀਆਂ ਦੀ ਰਿਆ। ਮਹਾਰਾਜ ਕਹਿੰਦੇ ਭੋਗ ਦੇ ਸਲੋਕ ਪਹਿਲੇ ਲਿਖੇ ਗਏ, ਭੋਗ ਦੇ ਸਲੋਕ ਤੋਂ ਬਾਣੀ ਚੱਲੀ ਹੈ। ਤਾਂ ਉਹਨਾਂ ਦੀ ਇੱਕ ਲੜਕੀ ਹੋਈ ਹੈ ਭਤੀਜੇ ਹੋਈ ਬੀਬੀ ਅੱਕੋ, ਵਿਆਹੇ ਗਏ ਕਿੱਥੇ ਰਹਿ ਰੈਚਰੀ ਦੇ ਵਿੱਚ ਬਣਾਏ ਗਏ, ਗੱਲਾਂ ਬਹੁਤ ਲੰਬੀਆਂ ਹੈ। 13 ਸਾਲ ਦੀ ਉਮਰ ਦੇ ਵਿੱਚ ਉਸਦਾ ਵਿਆਹ ਹੋਇਆ, 7 ਸਾਲ ਦੀ ਉਮਰ ਦੇ ਵਿੱਚ ਉਸਨੇ ਨਾਮ ਛੱਤ ਲਿਆ। ਜਿਸ ਵੇਲੇ ਉਹ ਜਾਣ ਲੱਗੇ ਨਾ, 3 ਦਿਨ ਬਰਾਤ ਜਾਂਦੀ ਸੀ ਉਸ ਵੇਲੇ, ਉਹਨਾਂ ਦਿਨਾਂ 3 ਦਿਨ ਰਹਿੰਦੇ। ਤਾਂ ਬੀਬੀ ਅੱਕੋ ਸਵਾਮੀ ਸਰਦਾਸ ਮਹਾਰਾਜ ਜੀ ਨੂੰ ਜੱਫੀ ਪਾ ਕੇ ਮਿਲ ਰਹੀ ਹੈ, ਜੇ ਤੂੰ ਅਵਤਾਰ ਹੈ ਨਾ ਤਾਂ ਇਹ ਜਿਹੜੀਆਂ ਆ ਧਰਮ ਦੀਆਂ ਲੜਕੀਆਂ ਨਾ ਇੱਕ ਏਦਾਂ ਘੜੀਸੋ ਕੇ ਲੈ ਕੇ ਜਾਣ, ਸਾਨੂੰ ਡੋਲੇ ਨਹੀਂ ਹੈ, ਸਾਨੂੰ ਡੋਲਾ ਕਿਉਂ ਨਹੀਂ ਪ੍ਰਚਲਿਤ ਕਰਦਾ, ਡੋਲਾ ਕਿਉਂ ਪ੍ਰਚਲਿਤ ਹੋਇਆ ਮੜ ਗਏ। ਤਾਂ ਸਵਾਮੀ ਸਰਦਾਰ ਮਹਾਰਾਜ ਕਹੇ ਬੇਟਾ ਹੁਣ ਤੂੰ ਜਿੱਦਾਂ ਜਾਂਦੇ ਉੱਦਾਂ ਚਲੀ ਜਾ, ਲੇਕਿਨ ਤੇਰੇ ਪਿੱਛੋਂ ਜਿਹੜੀਆਂ ਜਾਣਗੀਆਂ ਉਹ ਡੋਲੇ ਦੇ ਵਿੱਚ ਹੀ ਜਾਣਗੀਆਂ। ਬਹੁਤ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਡੋਲੇ ਦੇ ਵਿੱਚ ਹੀ ਜਾਣਗੀਆਂ। ਤੁਹਾਰਾ ਬੱਚਿਆ ਹੈ ਉਹਨਾਂ ਨੇ ਪਾਲਕੀ ਚਲਾਈ, ਮਹਾਰਾਜ ਕਹਿੰਦੇ ਰੈਚਰੀ ਔਰ ਮਸਾਲਾ ਵਾਲਿਆਂ ਨੇ ਜੱਗ ਰੱਖਿਆ ਤੇ ਕਹਿਣ ਲੱਗੇ ਸਾਖੀ ਲੰਬੀ ਹੈ ਮਿੱਟੀ ਦੇ ਰਿਹਾ। ਤੋ ਪਠਾਨ ਦੇ ਡੇਰੇ ਦੇ ਵਿੱਚ ਪਾਲਕੀ ਸਜਾ ਕੇ ਰੱਖ ਤੇ ਮਹਾਰਾਜ ਜੀ ਤੁਹਾਨੂੰ ਸਤਸੰਗ ਨੂੰ ਨੇੜਾ ਹੈ ਇਹ ਪਾਲਕੀ ਦੇ ਵਿੱਚ ਬਿਠਾ ਲਾ। ਤੁਹਾਰਾ
ਕਹਿੰਦੇ ਨਾਲ ਸ਼ਬਦ ਬਾਣੀ ਹੋ ਰਹੀ ਹੈ, ਬਾਜਾ ਵੱਜ ਰਿਹਾ, ਢੋਲਕੀ ਵੱਜ ਰਹੀ ਹੈ, ਉਹ ਦਸ ਵੀ ਸੰਗਤ ਦੇ ਬੰਦੇ ਵੀ ਨਾਲ ਹੈ। ਤੋ ਮਹਾਰਾਜੀ ਬਾਲਕੀ ਵਾਲੇ ਬਾਜ਼ਾਰ ਪਹੁੰਚੀ ਨਾ, ਨੀਲੇ ਦਾ ਘੱਟ ਤੇ ਉੱਥੇ ਹਲਚਲ ਪੈਦਾ ਹੋ ਗਈ। ਬਾਜ਼ਾਰ ਦੇ ਖੱਤਰੀ ਉਹਨੇ ਦੇ ਖੱਤਰੀ ਪਤਾ ਕਿਆ ਹੋ ਰਿਹਾ, ਆ ਚਮਾਰ ਪਾਲਕੀ ਦੇ ਵਿੱਚ ਸੱਜ ਕੇ ਆ ਰਿਹਾ, ਪਾਲਕੀ ਤੋੜ ਦੇ ਉਹਨੇ ਵਾਲਾ ਰੋਸਨ। ਕਹਿੰਦੇ ਲਾਲ ਬੱਤੀ ਚੌਂਕ ਤੇ ਬੈਠਾ ਤਾਂ ਬਾਬਾ ਖੁਦ ਗਵਾਹ ਤੁਹਾਰਾ। ਕਹਿੰਦੇ ਤੇ ਜਿਹੜੇ ਹੁਣ ਨਾਲ ਦੇ ਸਭ ਡਰਦੇ ਸੀ, ਕਹਿੰਦੇ ਖੰਡ ਖੰਡ ਪੈ ਕੇ ਨਾ ਨਿਆਲੇ ਵਾਲੀ ਖੰਡ ਚ ਆ ਕੇ ਫਿਰ ਡਬੋਲੀ ਨੂੰ ਜਾਣਾ ਤਾਂ ਅਸੀਂ ਚੱਲ ਜਾਣਾ ਬੈਂਚ। ਕਹਿੰਦੇ ਨਹੀਂ ਅਸੀਂ ਬਾਜ਼ਾਰ ਕਿਉਂ ਜਾਣਾ, ਸਿੱਧੇ ਜਾਣਾ, ਤੁਹਾਨੂੰ ਪਹਿਲਾਂ ਕਿਹਾ ਤਾਂ ਨਾ ਜੇ ਤੁਸੀਂ ਰਸਤੇ ਤੇ ਕਹੋ ਨਾ ਉੱਤਰ ਜਾ ਤਾਂ ਉੱਤਰ ਮੈਂ ਨਹੀਂ। ਤੁਸੀਂ ਬਾਬਾ ਅਜੀਤ ਸਿੰਘ ਬੇਦੀ ਜੀ ਆਪ ਲੈਣ ਵਾਸਤੇ ਆਏ ਜਿਹੜੇ ਉਨੇ ਦੇ ਰਿਆਸਤੀ ਸੀ, ਉਹਨਾਂ ਨੇ ਕਿਹਾ ਬਾਬਾ ਜੀ ਸਿੰਘ ਬੇਦੀ ਨੇ ਕਿਲੇ ਤੋਂ ਹੀ ਐਲਾਨ ਕਰਤਾ ਸੀ ਜਿਹੜਾ ਮੇਰੀ ਰਿਆਸਤ ਦੇ ਵਿੱਚ ਚਮਾਰਾਂ ਵਾਸਤੇ ਡੋਲਾ ਵੀ ਪਾਲਕੀ ਵੀ ਮੇਰੀ ਰਿਆਸਤ ਦੇ ਵਿੱਚ ਕੋਈ ਵੀ ਤੁਹਾਨੂੰ ਰੋਕਦਾ ਹੈ ਤੁਸੀਂ ਮੇਰੇ ਪਾਤਸ਼ਾਹ ਦਾ ਸ਼ਿਕਾਇਤ ਕਰ। ਤਾਂ ਕਹਿੰਦੇ ਸੰਤਾਂ ਨੇ ਕੌਤਕ ਰੱਖਿਆ ਸੀ ਬੀਬੀ ਅੱਕੋ ਦੀ ਕਹਿਣ ਤੇ ਉਹ ਤੇ ਬਾਅਦ ਸਾਰੀ ਲੜਕੀਆਂ ਡੋਲੇ ਵਿੱਚ ਜਾਣ ਦੀ ਕਿ ਮਹਾਰਾਜ ਆਗਿਆ ਕਿੱਥੋਂ ਮਿਲੀ। ਬਾਬੇ ਅਜੀਤ ਸਿੰਘ ਬੇਦੀ ਦੇ ਕੋਲ ਉਹਨੇ ਰਿਆਸ ਇੱਕ ਧਾਰਨਾ ਬੋਲਣੀ ਜੈ ਗੁਰੂ ਦੇਵ ਧੰਨ ਗੁਰੂ ਦੇਵ ਸਮੇਂ ਬਹੁਤ ਹੋ ਚੁੱਕਿਆ ਹੈ ਬੀਬੀ ਅੱਕੋ ਮਹਾਰਾਜ ਨੇ ਇੱਦਾਂ ਪ੍ਰੇਮ ਹੋ ਗਿਆ ਧਾੜਾ ਉਹਦਾ ਜਿਹੜਾ ਸਰੀਰ ਹੈ ਉਹ ਘਰ ਦੇ ਵਿੱਚ ਰਹਿ ਜਾਣਾ ਜਿਹੜੀ ਵਿਰਾਤਮਾ ਸਤਸੰਗ ਦੇ ਵਿੱਚ ਹੋਇਆ ਕਰਦਾ ਸੀ। ਸੱਸ ਨੇ ਮਹਾਰਾਜ ਕਹਿੰਦੇ ਨੇ ਆਖਰੀ ਦਿਨ ਤਾਂ ਨਾ ਉਹਦੀ ਸੱਸ ਨੇ ਗਰਮ ਚਿੱਟੇ ਲਗਾ ਲਗਾ ਕੇ ਉਹਦੇ ਸਰੀਰ ਨੂੰ ਫੂਕ ਦਿੱਤਾ ਸੀ ਕਿ ਹੁਣ ਹਾਏ ਨੀ ਕੀਤੀ ਕਹਿੰਦੇ ਪਖੰਡ ਕਰਦੇ ਤੂੰ ਵਾਪਸ ਗੱਲਾਂ ਬਹੁਤ ਲੰਬੀਆਂ ਵਾਪਸ ਜਿਹੜੀ ਆਤਮਾ ਸਰੀਰ ਦੇ ਵਿੱਚ ਨਹੀਂ ਆਈ ਸਵਾਮੀ ਸਰਦਾਸ ਨਾਲ ਦੀ ਲੜਾਈ ਕਰਕੇ ਗਈ ਹੈ। ਕਹਿੰਦੇ ਮਹਾਰਾਜ ਮੈਂ ਚੱਲੀ ਪਲੇਕਮਾ ਸਰੀਰ ਦੇ ਵਿੱਚ ਪ੍ਰਵੇਸ਼ ਨਹੀਂ ਦੁਬਾਰਾ ਕਰਨਾ ਜਿਹਦੇ ਦੁੱਖ ਮੈਂ ਤਾਂ ਬੇਗਮ ਸ਼ਹਿਰ ਨੂੰ ਚੱਲੀ ਸਭ ਕੁਝ ਐਸੇ ਹੋਇਆ ਸਵਾਮੀ ਸਰਦਾਸ ਮਹਾਰਾਜ ਸਿੰਘ ਜੈ ਗੁਰਦੇਵ ਜਿਸ ਵੇਲੇ ਸਾਡਾ ਇਹ ਹੁਸ਼ਿਆਰਪੁਰ ਤੋਂ ਰੋਡ ਉੱਨੀ ਨੂੰ ਨਾ ਹਜੇ ਨਾ ਕੋਈ ਪੇਮੈਂਟ ਨਹੀਂ ਸੀ ਕੱਚਾਈ ਸੀ ਤੇ ਹੁਸ਼ਿਆਰਪੁਰ ਦੇ ਵਿੱਚ ਇੱਕ ਉੱਨੇ ਦਾ ਅੱਡਾ ਹੁੰਦਾ ਸੀ ਸ਼ਿਮਲਾ ਪਹਾੜੀ ਦੇ ਜਿਹੜਾ ਨਜ਼ਦੀਕ ਉਹਦੇ ਪਾਸੇ ਕਾਫੀ ਜਾਣਦੇ ਸੀ ਉਹ ਸੀ ਉਹਨੇ ਦਾਡਾ ਉੱਥੋਂ ਉਹਨੇ ਨੂੰ ਬੱਸਾਂ ਚੱਲਦੀਆਂ ਸੀਆਂ ਲੇਕਿਨ ਟਾਈਮ ਕਿੰਨੇ ਸੀ ਚਾਰ ਦਾ ਪੰਜ ਦਾ ਦੋ ਤਿੰਨ ਚਾਰ ਇੰਨੇ ਕੁ ਟਾਈਮ ਹੁੰਦੇ ਸੀ ਬੱਸਾਂ ਜਿਹੜੀਆਂ ਮੈਂ ਉਹਨਾਂ ਤੋਂ ਸੁਣੀਆਂ ਅੱਜ ਤੋਂ ਮੈਂ 40 ਸਾਲ ਪਹਿਲੀਆਂ ਸੁਣੀਆਂ ਇੱਕ ਇੱਕ ਸੁਣ ਲਓ ਉਹਨਾਂ ਦੇ ਬੱਚਿਆਂ ਜੋ ਕੀਤੇ ਜਦ ਉਹਨਾਂ ਨੇ ਉਸ ਉਨੇ ਦੇ ਅੱਡੇ ਤੋਂ ਬੱਸ ਚੱਲਣੀ ਤੇ ਉਹ ਫਿਰ ਟਾਈਮ ਚੱਕਦੇ ਸਵਾਰੀਆਂ ਪਿੱਛੇ ਅੱਡੇ ਜੋ ਇਹ ਖੱਡਾ ਹੀ ਖੱਡਾ ਹੁੰਦੀਆਂ ਸੀ ਸਾਰੀਆਂ ਪੁੱਲ ਕੋਈ ਨਾ ਸੀ ਕੱਚੇ ਸੀ ਰਸਤੇ ਐਨ ਜਮਨਾ ਚੌਕ ਬਹੁਤ ਮਸ਼ਹੂਰ ਹੁੰਦਾ ਸੀ ਸਾਈਕਲਾਂ ਤੇ ਅਸੀਂ ਵੀ ਜਾਂਦੇ ਰਹੇ ਮਾਤਾ ਸਾਡੀ ਪਹਿਲੀ ਬਾਣ ਵੱਡੇ ਅਸੀਂ ਵੀ ਉਹਨਾਂ ਦੇ ਨਾਲ ਬਾਣ ਪਾਉਂਦੇ ਸੀ ਉਹ ਬਾਣ ਜਾਣੀ ਕਿ ਜਿਹੜੀ ਸ਼ਿਵ ਪਹਾੜੀ ਕਰਨਾ ਜਿਹਨੂੰ ਕਹਿੰਦੇ ਆ ਸਾਡਾ ਕੰਧੀ ਏਰੀਆ ਬਹੁਤ ਜਾਂਦਾ ਅਸੀਂ ਉੱਥੇ ਬਾਣ ਲੈ ਕੇ ਜਾਣਾ ਸਾਰੇ ਨਾ ਕਿੰਨੀ ਬਣਾ ਬਣਾ ਕੇ ਅਸੀਂ ਤਾਂ ਲੋਕ ਠੀਕ ਦੱਸਦੇ ਹਾਂ ਮਾਤਾ ਜੀ ਨੇ ਸਾਡੀ ਨੇ ਹੱਥੀ ਬਾਣ ਵਰਤੋਂ ਅਸੀਂ ਮਿਹਨਤ ਕੀਤੀ ਬਹੁਤ ਜ਼ਿਆਦਾ
ਇੱਕ ਵਾਰ ਪਾਕਿਸਤਾਨ ਦੀ ਤੁਹਾਨੂੰ ਇਹ ਮੈਂ ਗੱਲ ਸੁਣਾਉਣਾ, ਜਿਹੜੀ ਪੇਟੈਂਟ ਵਿਖੀ ਜਿਹੜੀ ਰੋਡ ਆ ਗਈ ਜਿੱਥੇ ਸੰਤਾਂ ਦਾ ਸਵਾਮੀ ਸਰਦਾਸ ਦਾ ਪਿਤਾ ਜੀ ਦਾ ਜਲਵਾ ਦੱਸਦੇ ਤੁਹਾਨੂੰ ਨਵਾਂ, ਜਿਹਨਾਂ ਨੇ ਸੰਤਾਂ ਤੋਂ ਪਿਆਰ ਪ੍ਰਦਾਨ ਪਾਏ ਇਹ ਗੱਲ ਕਰਨੀ ਉਹਨਾਂ ਮੈਂ ਦੱਸਦਾ ਵੀ ਉਹਨਾਂ ਨੇ ਕੁਛ ਕੀਤਾ ਦੁਨੀਆਂ 'ਤੇ ਆਪਣਾ ਜੀਵਨ ਸ਼ਬਦ ਰਾਹੀਂ ਗੁਰੂ ਦੇ ਰਾਹੀਂ ਸ਼ਬਦ ਕਰਦੇ। ਪਾਕਿਸਤਾਨ ਦੀ 9 ਸਾਲ 10 ਸਾਲ ਪਿਤਾ ਜੀ ਨੇ PAP ਪੰਜਾਬ ਦੀ ਪੁਲਿਸ ਦੇ ਵਿੱਚ ਸਰਵਿਸ ਕੀਤੀ ਹੈ। ਇੱਥੇ ਸਾਡੇ ਅੰਦਰ ਫੋਟੋ ਲੱਗੀ ਉਹਨਾਂ ਦੀ ਪਰ ਜਵਾਨੀ ਦੀ। ਜਦ 1947 ਸੀ ਉਹ ਕਿਹੜੀ ਜਦ ਪਾਕਿਸਤਾਨ ਦਾ ਸਵੇਰਾ ਹੋਇਆ ਸੀ, ਆਪਣੇ ਅਸਮਾਨ ਪਿਆ ਸੀ ਤਾਂ ਫਿਰ ਜੰਗ ਦੇ ਵਿੱਚ ਪਾਕਿਸਤਾਨ ਦੇ ਗੋਲੇ ਵੀ ਆ ਰਹੇ ਉੱਪਰੋਂ ਬੜੇ ਬੜੇ। ਹੁਣ ਜੰਗਾਂ ਦੇ ਵਿੱਚ ਤੁਹਾਨੂੰ ਪਤਾ ਦਾਰੂ ਵੀ ਕਰਦੇ ਸਨ। ਪਿਤਾ ਜੀ ਦੀ ਵੀ ਡਿਊਟੀ ਲੱਗੀ, ਉਹ ਕਹਿੰਦੇ ਜਿਸ ਵੇਲੇ ਸਾਡੀ ਡਿਊਟੀ ਲੱਗਣੀ ਰਾਤ ਨੂੰ ਨਹਿਰਾਂ ਟੱਪ ਟੱਪ ਕੇ ਰਾਤ ਨੂੰ ਜਾਣਾ ਪੈਂਦਾ ਸੀ ਲਾਈਟਾਂ ਦੇ ਨਾਲ। ਕੋਈ ਇਹਨਾਂ ਦੇ ਪ੍ਰਬੰਧ ਗੌਰਮੈਂਟ ਦੇ ਹੁੰਦੇ ਸੀ ਲਾਈਟਾਂ ਦੇ ਨਾਲ, ਨਹਿਰ ਟੱਪ ਕੇ ਜਿੱਥੇ ਵੀ ਪੈਂਦੇ ਸੀ ਜਿਸ ਮੋਰਚੇ ਦੇ ਉੱਤੇ ਜਾਣਾ ਭੇਜਦੇ ਸੀ ਉੱਥੇ ਜਾਣਾ ਪੈਂਦਾ ਸੀ। ਪਲ ਪਲ ਦੇ ਉੱਤੇ ਖਤਰਾ ਸੀ, ਜੰਗ ਦੇ ਉੱਤੇ ਖਤਰਾ ਤੇ ਹੁੰਦਾ ਹੀ ਹੈ ਪਲ ਪਲ। ਜਦ ਉਹਨਾਂ ਨੇ ਉਹਨਾਂ ਦੇ ਕੋਲ ਜਾਂ ਸਟੇਨ ਗਨ ਜਾਂ ਕੋਈ ਵੀ ਐਸੇ ਸਿਸਟਮ ਸੀ ਤੇ ਉਹ ਮੋਰਚਾ ਜਿਹੜ ਕੇ ਉਹ ਟੱਪ ਕੇ ਨਾ ਨਹਿਰ ਟੱਪ ਕੇ ਤੇ ਮੋਰਚੇ ਦੇ ਵਿੱਚ ਜਾ ਕੇ ਉਹਨਾਂ ਨੇ ਆਪਣਾ ਜਦ ਮੋਰਚਾ ਸਾਂਭਿਆ। ਦੇਖੋ ਕਿ ਗਜਬ ਰੱਖੇ ਪਿਤਾ ਜੀ ਦਾ ਸੰਤਾਂ ਦਾ ਜਿਹੜਾ ਮਨ ਸੀ ਤਾਂ ਪਹਿਲੇ ਤੋਂ ਬੜਾ ਹੀ ਇੱਕ ਨਰਮ ਸੀ, ਇਹਨਾਂ ਮਨ ਨਰਮ ਸੀ ਤੇ ਜੀਵਨ ਦੇ ਉੱਤੇ ਦਇਆ ਇਤਨੀ ਆ ਜਾਂਦੀ ਸੀ ਇੱਕਦਮ। ਜਦ ਸਾਸਾ ਕਰਦੇ ਸੀ ਉਹਨਾਂ ਦੇ ਨੇਤਰਾਂ ਚੋਂ ਪਾਣੀ ਨਸੀ ਸੁੱਕਦਾ ਤੁਸੀਂ ਸਾਰੇ ਜਾਣਦੇ ਜਿਹਨੇ ਦੇਖਿਆ, ਅੱਖਾਂ ਚੋਂ ਬਿਰਾਗ ਦੇ ਨਾਲ ਪਾਣੀ ਇਤਨਾ ਜਾਣਾ ਕਿ ਸਾਰੀ ਦਾੜੀ ਭਰ ਜਾਂਦੀ ਸੀ। ਸਾਡੇ ਬੱਚਨ ਦੁਬਈ ਚੋਂ ਆਇਆ ਉਹਨੇ ਦਾੜੀ ਲੜਕਾ, ਸਾਨੂੰ ਉਹਨੇ ਸ਼ਬਦ ਇੱਕ ਕਿਹਾ ਸੀ ਉਹ ਪੜ੍ਹਨਾ ਜ਼ਰੂਰ ਹੈ ਕਿਉਂਕਿ ਬੱਚੇ ਐਵੇਂ ਨਹੀਂ, ਉਹਨਾਂ ਦੀ ਤਮੰਨਾ ਹੁੰਦੀ ਹੈ। ਦੁਬਈ ਚੋਂ ਆਇਆ ਬੱਚਾ ਕਹਿੰਦਾ ਮੈਂ ਸੰਤਾਂ ਦੇ ਮੂੰਹ ਤੋਂ ਸੁਣਿਆ ਸੀ ਸ਼ਬਦ ਮੈਂ ਅੱਜ ਵੀ ਉਹੀ ਭੁੱਲਦਾ ਕਿਤੇ ਦਸੀ ਨਾਲ ਜੋ ਆਪਣੀ ਪ੍ਰੀਤਮ ਦੀ ਨਿਸ਼ਾਨੀ ਸਮਸਤ ਵਿੱਚ ਮੈਂ ਦਸਤੀ ਦੱਸਿਆ ਕੋਠੀ ਕੱਲ ਆ ਰਹੀ ਹੈ ਵੀ ਥੋੜ੍ਹਾ ਥੋੜ੍ਹਾ ਵੀ 2 ਵਜੇ ਤੱਕ ਇਸ ਪ੍ਰੋਗਰਾਮ ਨੂੰ ਜਾਣਾ ਪੈਣਾ, ਸਾਡੇ ਸੱਜਣ ਦੂਰ ਆ ਰਹੇ ਤਾਂ ਸਾਨੂੰ ਮਾਫ ਕਰਨਾ, ਇੱਕ ਦਿਨ ਅਸੀਂ ਆਈਏ ਇੱਕ ਬਰਸ ਵਿੱਚ ਆਉਂਦੀ ਬਰਸ ਉਹਨਾਂ ਦੀ ਯਾਦ ਆ। ਫਿਰ ਮਨ ਦੇ ਵਿੱਚ ਡਾਇਆ ਸੀ ਕਿ ਗੋਲੇ ਚੱਲਦੇ ਸਵਾਮੀ ਜੀ ਇੱਧਰੋਂ ਵੀ ਬੰਬ ਆ ਰਹੇ ਉੱਧਰੋਂ ਵੀ ਜਾ ਰਹੇ, ਅਸੀਂ ਨਾ ਸੋਚਦੇ ਹੋਏ ਵੀ ਸਾਡੇ ਕੋਲੋਂ ਕੋਈ ਵੀ ਅਸਲਾ ਚੱਲਦਾ ਪਤਾ ਨਹੀਂ ਗੋਲੇ ਕੌਣ ਮਰ ਜਾਏ, ਫੌਜ ਮਰਦੀ ਹੈ ਦਾਰੂ ਦਾ ਮਤਲਬ ਤਾਂ ਉਹ ਸਾਡੀ ਮਾਰਨੀ ਚਾਹੁੰਦੇ ਅਸੀਂ ਉਹਨਾਂ ਦੀ ਫੌਜ ਮਾਰਨੀ ਚਾਹੁੰਦੇ ਇਹੀ ਉਹਨਾਂ ਨੂੰ, ਤਾਂ ਕਿ ਅਸੀਂ ਕਹਿੰਦੇ ਉਹ ਦੁਸ਼ਮਣ ਕਮਜ਼ੋਰ ਪੈ ਰਹੇ, ਉਹ ਕਹਿੰਦੇ ਆ ਸਾਡਾ ਦੁਸ਼ਮਣ ਕਮਜ਼ੋਰ ਹੋ ਜਾਏ ਅਸੀਂ ਉਹਨਾਂ ਨੂੰ ਮਾਰਦੇ ਹਾਂ ਉਹ ਸਾਨੂੰ ਮਾਰਦੇ ਹਾਂ, ਇਸ ਤਰ੍ਹਾਂ ਦਾ ਹੀ ਚੱਲਦਾ ਲੜਾਈ ਉਸ ਸੰਸਾਰ 'ਤੇ। ਪਿਤਾ ਜੀ ਦੇ ਮਨ 'ਚ ਦਾਇਆ ਆ ਗਈ, ਵਰਦੀ ਪਾਈ ਹੈ ਹੱਥ ਵਿੱਚ ਰਾਈਫਲ ਫੜੀ ਹੈ ਮੋਰਚੇ ਵਿੱਚ ਬੈਠੇ ਹੈ, ਸਵਾਮੀ ਜੀ ਇਹ ਸਾਤੋਂ ਕੀ ਲੱਗੇ ਉਹ ਕਰਾਉਣ ਤੁਸੀਂ, ਇਹ ਜਿਹੜੇ ਤੁਸੀਂ ਸਾਡੇ ਕੋਲ ਯਾਦ ਕਰਾਤੇ ਇਹਨਾਂ 'ਤੇ ਬੰਦੇ ਮਰਦੇ ਮੌਤ ਆਉਂਦੀ ਮਹਾਰਾਜ, ਪਰ ਸਾਡਾ ਦਿਲ ਸੀਰਦਾ ਅਸੀਂ ਕਿਸੇ ਨੂੰ ਮਾਰ ਕੇ ਖੁਸ਼ ਨਹੀਂ, ਵੀ ਜਿਹੜੀ ਨੌਕਰੀ ਤੁਸੀਂ ਸਾਨੂੰ ਦੇ ਦਿੱਤੀ ਹੈ ਇਹਦੇ ਵਿੱਚ ਲੜਾਈ ਯੁੱਧ ਵਿੱਚ ਜੇ ਅਸੀਂ ਲਿਹਾਜ਼ ਕਰੀਏ ਤਾਂ ਅਸੀਂ ਆਪ ਮਰੀਏ। ਹੁਣ ਜਦ ਇਹ ਸਿਸਟਮ ਉਦੋਂ ਕਿਉਂਕਿ ਅਸੀਂ ਉਹਨਾਂ ਦੇ ਮੁੱਖ ਤੋਂ ਗੱਲ ਸੁਣੀ ਇਹ ਵਿਚਾਰ ਚੱਲਦੇ ਨੇ ਉੱਪਰ ਦੇਖਦੇ ਕੀ ਆ ਮੋਰਚੇ ਵਿੱਚ ਸਵਾਮੀ ਜੀ ਮਹਾਰਾਜ, ਵਿਚਾਰ ਉਹਨਾਂ ਦੀ ਚੱਲਦੀ ਕਿ ਮਹਾਰਾਜ ਤੁਸੀਂ ਸਾਡੇ ਨਾਲ ਕਿਹਾ ਹੀ ਖੇਡ ਹੈ, ਅਸੀਂ ਕਿਸੇ ਨੂੰ ਮਾਰਨਾ ਨਹੀਂ ਚਾਹੁੰਦੇ, ਸਾਡਾ ਦਿਲ ਨਹੀਂ ਚਾਹੁੰਦਾ ਕਿ ਕਿਸੇ ਨੂੰ ਮਾਰੀਏ,
ਪਰ ਹੁਣ ਕੀ ਕਰੀਏ, ਹੱਥ ਵਿੱਚ ਰਿਫਲ ਗੌਰਮੈਂਟ ਨੇ ਫੜਾਤੀ ਹੈ ਕਿ ਜੰਗ ਕਰੋ ਜਾਂ ਫਿਰ ਯੁੱਧ ਕਰੋ। ਦੇਖਦੇ ਕੀ ਹੈ, ਇਹ ਖਾਬ ਦੇ ਵਿੱਚ ਜਦ ਦੇਖਿਆ ਤੇ ਸਵਾਮੀ ਸ਼ਿਵਦਾਸ ਮਹਾਰਾਜ ਆਕਾਸ਼ ਵਿੱਚ ਜਿਵੇਂ ਤਾਣੀ ਤਣੀ ਹੋਈ ਹੈ, ਆਕਾਸ਼ ਵਿੱਚ ਜਿਵੇਂ ਕਬੀਰ ਮਹਾਰਾਜ ਤਣੀ ਹੋਈ ਸੀ, ਉਸ ਕਹਾਣੀ ਉੱਤੇ ਸਵਾਮੀ ਹੀ ਸਰਦਾਸ ਰੰਗ ਬਰੰਗੀ ਤਾਣੀ ਉੱਪਰ ਖੜੇ ਨੇ, ਕਹਿੰਦੇ ਗੁਰਦਿਆਲ ਤੈਨੂੰ ਚਿੰਤਾ ਕਰਨ ਦੀ ਲੋੜ ਕੋਈ ਨਹੀਂ, ਉੱਧਰ ਵੀ ਅਸੀਂ ਹੈ ਤੇ ਇੱਧਰ ਵੀ ਅਸੀਂ ਹੈ। ਇਹ ਨਾ ਸਮਝੋ ਕਿਉਂਕਿ ਕੁਦਰਤ ਪਾਕਿਸਤਾਨ ਦੀ ਵੀ ਹੈ, ਇਹ ਨਹੀਂ ਕਿ ਉਹਨਾਂ ਦੀ ਨਹੀਂ, ਉਹਨਾਂ ਦੀ ਕੋਈ ਦੁਸ਼ਮਣ ਹੈ, ਉਹ ਵੀ ਪਰਮਾਤਮਾ ਦੀ ਕੁਦਰਤ ਦੀ ਬੰਦੇ, ਇੱਧਰ ਵੀ ਕੁਦਰਤ ਨਹੀਂ ਹੈ, ਅਸੀਂ ਉੱਧਰ ਵੀ ਹੈ ਅਸੀਂ ਇੱਧਰ ਵੀ ਹੈ। ਜਿਸ ਦਿਨ ਜਾਣਾ ਇਸ ਜੰਗ ਦੇ ਵਿੱਚ, ਉਸ ਦਿਨ ਜਾਣਾ ਹੀ ਜਾਣਾ, ਉਹ ਤੁਰੰਤ ਲਿਖ ਕੇ ਆ ਗਿਆ। ਜਿਸ ਨੂੰ ਉਹਨਾਂ ਨੇ ਬਚਾਉਣਾ, ਉਹਨਾਂ ਨੂੰ ਭਾਵੇਂ ਪਰ ਮੋਰਚੇ ਦੇ ਵਿੱਚ ਕਿਉਂ ਨਹੀਂ ਬਚਾਉਣਾ, ਤੁਸੀਂ ਚਿੰਤਾ ਨਾ ਕਰ, ਜਿਹੜਾ ਤੈਨੂੰ ਕੰਮ ਦਿੱਤਾ ਤੂੰ ਬੋਧ ਕਰ, ਅਸੀਂ ਰਕਸ਼ਾ ਕਰਨ ਵਾਲੇ ਤੁਹਾਡੇ ਸਿਰ ਦੇ ਉੱਤੇ ਖੜੇ। ਜਦ ਪਿਤਾ ਜੀ ਨੇ ਦੇਖਿਆ ਜਲਵਾ, ਇਤਨਾ ਵੱਡਾ ਹੌਸਲਾ ਹੋ ਗਿਆ, ਦੋ ਹੀ ਹੱਥ ਜੋੜ ਕੇ ਰੰਗਤ ਮੋਰਚੇ ਦੇ ਵਿੱਚ ਲਾ ਕੇ ਪ੍ਰਣਾਮ ਕੀਤਾ ਸਵਾਮੀ ਜੀ। ਉਸ ਵੇਲੇ ਦੇ ਉੱਤੇ ਮੇਰੇ ਹੌਸਲੇ ਸੀ, ਐਸੇ ਉਹਨਾਂ ਨੇ ਸਮੇਂ ਮੌਕੇ ਸਭ ਦੇਖੇ, ਅਸੀਂ ਮਿਹਨਤਾਂ ਕੀਤੀਆਂ। ਫਿਰ ਉਹ ਜਦ ਸਵਾਮੀ ਜੀ ਮਹਾਰਾਜ ਸਵਾਮੀ ਸ਼ਿਵਦਾਸ ਜੀ ਵਿਚਰਦੇ ਵਿਚਰਦੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ 1965, ਜਦ ਅਲਵਿਦਾ ਕਹਿ ਗਏ ਉਹਨਾਂ ਤੋਂ ਬਾਅਦ ਸੰਗਤ ਦੇ ਹੁਣ ਸੰਤਾਂ ਦੀ ਬੇਥਾਹ ਸੀ, ਨਗਰੀਆਂ ਹਿਮਾਚਲ ਦੀਆਂ ਪੰਜਾਬ ਦੀਆਂ ਕਿੱਥੇ ਕਿੱਥੇ ਭਰਮਣ ਕੀਤਾ। ਅਸੀਂ ਸੋਚਦੇ ਅੱਜ ਜਦ ਸੂਝੀ ਆਈ ਹੈ, ਹੁਣ ਪਤਾ ਲੱਗਾ ਸਵਾਮੀ ਜੀ ਮਹਾਰਾਜ ਤੁਸੀਂ ਗ੍ਰੰਥ ਕਿਹੜੇ ਵੇਲੇ ਲਿਖਿਆ, ਇੰਨੀਆਂ ਨਗਰੀਆਂ ਵਿੱਚ ਤੁਸੀਂ ਦੋ ਦੋ ਚਾਰ ਦਾ ਵਿੱਚ ਰਹੇ, ਕਿਆ ਇੱਕ ਪਲ ਵੀ ਤੁਸੀਂ ਆਰਾਮ ਨਹੀਂ ਕੀਤਾ, ਇਤਨਾ ਕਸ਼ਟ ਸਰੀਰ ਨੂੰ ਦਿੱਤਾ, 28-30 ਸਾਲ ਬਾਣੀ ਲਿਖਦਿਆਂ ਲੰਘ ਗਏ। ਮੈਂ ਤੇ ਸੋਚ ਤੁਹਾਡਾ ਸਿਰ ਸੌ ਜਨਮ ਵਿੱਚ ਤਰੀਕ ਪੂਰੀ ਨਹੀਂ ਹੋ ਸਕਦੀ, ਇਤਨਾ ਤੁਸੀਂ ਇਸ ਸਮਾਜ ਦੇ ਸੇਧ ਦਿੱਤੀ ਹੈ, ਇੱਕ ਮਾਲਾ ਵਿੱਚ ਸਮਾਜ ਨੂੰ ਕਰਵਾਇਆ, ਗ੍ਰੰਥ ਲਿਖ ਦਿੱਤਾ, ਇਸ ਕਰਕੇ ਕਿ ਅਸੀਂ ਆਦ ਧਰਮੀ ਹਾਂ, ਆਦ ਵਸੇਦੇ ਹਾਂ ਇਸ ਭਾਰਤ ਉੱਤੇ, ਅਸੀਂ ਬਥੇਰੀ ਗੁਲਾਮੀ ਝੱਲੀ, ਬਥੇਰੀ ਬੇਅਦਬੀ ਕਰਾ ਲਈ, ਬਹੁਤ ਨੇ ਇਤਨਾ ਸਾਨੂੰ ਦੱਸਿਆ, ਸਾਰਿਆਂ ਨੇ ਸਾਰਿਆਂ ਨੇ ਭੰਡਿਆ, ਲੁਹਾਰ ਪਠਾਣ ਸ਼ੀਮੇ ਲਾਈ ਜਿਸ ਨੇ ਵੀ ਦੇਖਿਆ ਸਭ ਨੂੰ ਚਮਾਰ ਕਰਕੇ ਭੰਡਿਆ ਹੀ ਭੰਡਿਆ, ਸਭ ਨੇ ਸਾਨੂੰ ਨੀਚ ਸਮਝਿਆ। ਕੁਦਰਤ ਕੇ ਬੰਦੇ ਹੈ, ਕਬੀਰ ਮਹਾਰਾਜ ਨੇ ਕਿਹਾ ਅਗਲ ਅਲਗ ਨੂਰ ਪਾਏ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੋਂ ਸਭ ਜਗੋ ਬੁਝਿਆ ਪਾਉਣ ਵਾਲੇ ਉਹ ਬੰਦੇ, ਇਹ ਵੀ ਇਨਸਾਨ ਦੇ ਬੰਦੇ ਨੇ ਜਿਹਨਾਂ ਨੂੰ ਯੁੱਗ ਬੀਤ ਗਏ, ਜਿਹਨਾਂ ਦੀ ਤਹੀਨ ਕਰਦੇ ਕਰਦੇ ਇਤਨਾ ਵਕਤ ਬੀਤ ਗਿਆ, ਤਾਂ ਉਹਨਾਂ ਨੂੰ ਸਾਰਾ ਕੁਝ ਦੇਖਦੇ ਹੋਇਆ ਸਮਾਜ ਵੀ ਇੱਥੇ ਸੀ, ਧਰਮ ਵੀ ਇੱਥੇ ਸੀ, ਬੜੇ ਬੜੇ ਰਹਿਬ ਦੇਵਤੇ ਆਏ ਨੇ, ਸ਼ਿਵਜੀ ਵਿਸ਼ਨੂੰ ਬ੍ਰਹਮਾ ਕ੍ਰਿਸ਼ਨ ਰਾਮ ਸਭ ਇਸ ਧਰਤੀ ਦੇ ਉੱਤੇ ਆਏ ਨੇ, ਲੇਕਿਨ ਇਸ ਬਿਮਾਰੀ ਦਾ ਇਲਾਜ ਕਿਉਂ ਨਹੀਂ ਕਰ ਸਕੇ, ਕਿਆ ਨਹੀਂ ਸੀ ਉਹਨਾਂ ਕੋਲ ਰਾਜ ਹੈ, ਛੂਆ ਛਾਤ ਦੀ ਬਿਮਾਰੀ ਜਿਹੜੀ ਜੁਗਾਂ ਪ੍ਰਤੀ ਇਸ ਸਮਾਜ ਨੂੰ ਜਿਹੜੇ ਵਸੇਂਦੇ ਸੀ ਇਸ ਭਾਰਤ ਮੁਲਕ ਦੇ, ਉਹਨਾਂ ਦੇ ਨਾਲ ਕੀ ਨਿਸ਼ਾਨੀ ਬੀਤੀ, ਕਿਹੜੀਆਂ ਸਜਾਵਾਂ ਸਾਡੇ ਬਜ਼ੁਰਗਾਂ ਨੇ ਸਹਿਣ ਕੀਤੀ, ਬਹੁਤ ਮੁਸ਼ਕਲਾਂ ਦੇ ਨਾਲ ਸਮੇਂ ਪਾਸ ਕੀਤੇ ਗੁਲਾਮੀ ਦੇ, ਗੁਲਾਮੀ ਦਾ ਜੀਣਾ ਇੱਕ ਪਲ ਦਾ ਵੀ ਬੁਰਾ ਹੁੰਦਾ ਹੈ, ਜਿਹਨਾਂ ਨੂੰ ਸਦੀਆਂ ਗੁਜ਼ਾਰ ਦਿੱਤੀਆਂ ਉਹ ਕਿੱਦਾਂ ਉਹਨਾਂ ਨੇ ਟਾਈਮ ਪਾਸ ਕੀਤੇ ਹੋ ਕੇ ਸਾਰੀਆਂ ਪੀੜ੍ਹੀਆਂ ਦਰ ਪੀੜ੍ਹੀਆਂ ਚੱਲਦੀਆਂ ਆ ਗਈਆਂ, ਗ੍ਰੰਥ ਵੀ ਲਿਖ ਦਿੱਤੇ, ਸੰਤ ਮਹਾਤਮਾ ਨੇ ਸੱਚ ਵੀ ਲਿਖ ਦਿੱਤਾ, ਲੇਕਿਨ ਉਹਨਾਂ ਨੇ ਫਿਰ ਵੀ ਨਹੀਂ ਮੰਨਿਆ,
ਫਿਰ ਵੀ ਮਨੁ ਸਿਮਰਤੀ ਨੂੰ ਮੰਨ ਲਿਆ ਆ ਗਏ ਅਸੀਂ ਅੱਜ ਤੱਕ ਵੀ ਜੋ ਫਤਵੇ ਮਨੁ ਸਿਮਰਤੀ ਨਾਲ ਆਏ ਜਾਤ ਪਾਤ ਦੇ ਇਨਸਾਨ ਦੇ ਨਾਲ ਇਨਸਾਨ ਦਾ ਪਿਆਰ ਨਹੀਂ ਰਹਿਣ ਦਿੱਤਾ ਇੱਕ ਦੂਸਰੇ ਦੇ ਦੁਸ਼ਮਣ ਬਣ ਗਏ ਧਰਮ ਸਾਰੇ ਕੋਈ ਕਹਿੰਦਾ ਮੈਂ ਵੱਡਾ ਕੋਈ ਕਹਿੰਦਾ ਮੈਂ ਵੱਡਾ ਜਿਹੜੇ ਭਾਰਤ ਪੰਥ ਦੇ ਦੁਸ਼ਿੰਦੇ ਸੀ ਉਹਨਾਂ ਨੂੰ ਮਿੱਟੀ ਵਿੱਚ ਪਲੀਤ ਕਰ ਦਿੱਤਾ ਉਹਨਾਂ ਨੇ ਤਾਂ ਉਹਨਾਂ ਨੇ ਸਾਰਾ ਜੋ ਸਿਸਟਮ ਸੀ ਕਿ ਭਾਈ ਤਾਂ ਸੱਚ ਲਿਖਿਆ ਕਹਿੰਦੇ ਵਸਤ ਪਰਾਈ ਰੱਖ ਕੇ ਕਿਤਨੇ ਕੁ ਦਿਨ ਗੁਜ਼ਾਰੇਗੇ ਕਿਸੇ ਦਾ ਵੇਦ ਕਿਸੇ ਦਾ ਗ੍ਰੰਥ ਧਰਮਾਂ ਦਾ ਤੁਸੀਂ ਰੱਖ ਲਓ ਕਿਤਨੇ ਕੁ ਦਿਨ ਗੁਜ਼ਾਰੇਗੇ ਕਹਿੰਦੇ ਆਪਣੇ ਹੀ ਤੇਰੇ ਕੰਮ ਆਈ ਗਈ ਗੁਰੂ ਜੀ ਨੇ ਬਾਣੀ ਚ ਲਿਖਿਆ ਵਸਤ ਪਰਾਈ ਰੱਖ ਕੇ ਕਿਤਨੇ ਕੁ ਦਿਨ ਗੁਜ਼ਾਰੇਗੇ ਬੜੇ ਬਣਾਈ ਬਣ ਗਏ ਇੱਕ ਦਿਨ ਮਿਲੇ ਗਏ ਧੱਕੇ ਤੁਹਾਨੂੰ ਭੁੱਲ ਗਿਆ ਮੰਦਰ ਬੁਲਾਣਾ ਦੇਖ ਕੇ ਉਸ ਦਿਲ ਨੂੰ ਆਇਆ ਹੁਣ ਸਤਨਾ ਤੱਕ ਪਾਣ ਦੀ ਚੁੱਕਾ ਵਿੱਚ ਪੱਜ ਗਿਆ ਭੁੱਜ ਮੂਹਾਂ ਦੋਏ ਦੀ ਅੱਗ ਸੇਕ ਕੇ ਦੋਏ ਦਾ ਸਭ ਕੁਛ ਮਿਹਰ ਬਣਾ ਰਹੇ ਬਣ ਬਣ ਬੜੇ ਹੋਏ ਦੇਖ ਕੇ ਤੂੰ ਉੱਥੇ ਢੁੱਕ ਜਾ ਰਿਹਾ ਜਿਵੇਂ ਪੰਡਿਤ ਪਿੱਛੇ ਦਮੜੀ ਲੈਂਦੇ ਸੀ ਤੇਰੀ ਚਮਾਰ ਸਮਝ ਕੇ ਤੈਨੂੰ ਪਰਛਾਵਾਂ ਨਹੀਂ ਸੀ ਲੈਂਦੇ ਲੇਕਿਨ ਦਮੜੀ ਤੇਰੀ ਧੋ ਮਾਨ ਕੇ ਰੱਖ ਲੈਂਦੇ ਸੀ ਅੱਜ ਵੀ ਤੇਰੇ ਪੈਸੇ ਦਾ ਯਾਰ ਨੇ ਦੁਨੀਆਂ ਤੇਰੀ ਮਾਇਆ ਦੀ ਯਾਰ ਹੈ ਚਮਾਰ ਤੇਰਾ ਅੱਜ ਕੋਈ ਵੀ ਯਾਰ ਨਹੀਂ ਕੋਈ ਵੀ ਧਰਮ ਤੈਨੂੰ ਕਬੂਲ ਨਹੀਂ ਕਰਦਾ ਨਹੀਂ ਤਾਂ ਸਾਨੂੰ ਦੱਸ ਦੇਵੇ ਤਾਂ ਮੁਸ਼ਕਲ ਹੋਏ ਤੇ ਮੁਸਲ ਅੱਜ ਵੀ ਤੁਹਾਡੇ ਨਾਲ ਵਿਤਕਰਾ ਹੋ ਰਿਹਾ ਅੱਜ ਵੀ ਗੁਰੂ ਘਰਾਂ ਦੇ ਵਿੱਚ ਮੰਦਰਾਂ ਵਿੱਚ ਤੁਹਾਨੂੰ ਬਣਨ ਦੀ ਇਜਾਜ਼ਤ ਨਹੀਂ ਹੈ ਅੱਜ ਵੀ ਤੁਹਾਡੇ ਨਾਲ ਫਰਕ ਹੋ ਰਿਹਾ ਇਸ ਕਰਕੇ ਭਲਿਓ ਲੋਕੋ ਕਿੱਥੇ ਬੈਠੇ ਹੈ ਗੁਰੂ ਨੇ ਕੋਈ ਐਵੇਂ ਨਹੀਂ ਲਿਖਿਆ ਲੇਕਿਨ ਸਾਡੇ ਵਿੱਚ ਕਮੀਆਂ ਸੀ ਜਿਹੜੀਆਂ ਅਸੀਂ ਸੇਧ ਨਹੀਂ ਦੇ ਸਕੇ ਆਪਣੇ ਸਮਾਜ ਨੂੰ ਤਾਂ ਦਾ ਪ੍ਰਕਿਰਿਆ ਕੋਈ ਇਹਦਾ ਸਤਿਕਾਰ ਨਹੀਂ ਇਸ ਕਰਕੇ ਗੁਰੂਆਂ ਨੇ ਸਾਨੂੰ ਇੱਕ ਮਾਲਾ ਵਿੱਚ ਇੱਕ ਝੰਡੇ ਥੱਲੇ ਇੱਕ ਧਰਮ ਦੇ ਵਿੱਚ ਅਸੀਂ ਆਦਿ ਧਰਮੀ ਹਾਂ ਆਦਿ ਸਾਡਾ ਗ੍ਰੰਥ ਹੈ ਆਦਿ ਵਸਿੰਦੇ ਇਸ ਭਾਰਤ ਮੁਲਕ ਦੇ ਹੈ ਫਿਰ ਅਸੀਂ ਧੱਕੇ ਖਾਈ ਜਾਂਦੇ ਹਾਂ ਪਹਿਲੇ ਤਾਂ ਗਮਾੜੇ ਸੀ ਸਾਡਾ ਕੋਈ ਗ੍ਰੰਥ ਨਹੀਂ ਸੀ ਸਾਡਾ ਕੋਈ ਧਰਮ ਨਹੀਂ ਸੀ ਸਿਰਕੀ ਬਾਝਾ ਮਾਰ ਘੁੰਮਦੇ ਸੀ ਅੱਜ ਤਾਂ ਸਾਨੂੰ ਸਭ ਕੁਝ ਚੋਰੀ ਚ ਪਾ ਗਏ ਸਾਨੂੰ ਮਾਣ ਦੇ ਗਏ ਭਾਈ 30 ਸਾਲ ਦਾ ਪੁੱਛਾ ਕੀਤੀ ਉਹਨਾਂ ਨੇ ਫਿਰ ਵੀ ਅਸੀਂ ਅੰਧ ਵਿਸ਼ਵਾਸੀ ਹੈ ਫਿਰ ਵੀ ਉਹਨਾਂ ਤੇ ਵਿਸ਼ਵਾਸ ਕੋਈ ਨਹੀਂ ਆਪਣੇ ਗ੍ਰੰਥ ਦਾ ਯਕੀਨ ਨਹੀਂ ਦੂਏ ਦੇ ਜਾ ਕੇ ਧੱਕੇ ਖਾਣ ਤਹੀਨ ਕਰਨੀ ਸਾਡੀ ਫਿਤਰਤ ਬਣੀ ਹੋਈ ਹੈ ਪਹਿਲੇ ਤੋਂ ਗੁਲਾਮੀ ਸਾਡੇ ਹੱਡਾਂ ਵਿੱਚ ਰਚੀ ਹੋਈ ਹੈ ਲੇਕਿਨ ਸੰਤ ਮਹਾਤਮਾ ਜਿਹੜੇ ਵੀ ਆਏ ਨੇ ਕਬੀਰ ਮਹਾਰਾਜ ਨੇ ਸੱਚ ਕਿਹਾ ਸੀ ਉਹ ਵੀ ਦੁਖੀ ਹੋਏ ਦੁਨੀਆਂ ਤੇ ਗੁਰੂ ਨਾਨਕ ਨੇ ਸੱਚ ਕਿਹਾ ਸੀ ਉਹਨਾਂ ਨੇ ਵੀ ਇੱਥੇ ਦੁਨੀਆਂ ਦੇ ਵਿੱਚ ਦੁਖੀ ਹੋ ਕੇ ਗਏ ਸਾਹਿਬ ਗੁਰੂ ਰਵਿਦਾਸ ਮਹਾਰਾਜ ਨੇ ਸੱਚ ਕਿਹਾ ਸੀ ਪਰ ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ ਸੀ ਇਸ ਕਰਕੇ ਬੜੇ ਸੰਤ ਮਹਾਤਮਾ ਦੁਨੀਆਂ ਚ ਆਏ ਉਹਨਾਂ ਨੇ ਸਾਨੂੰ ਇੱਕ ਮਾਲਾ ਵਿੱਚ ਭਰੋਣ ਦੀ ਯਤਨ ਕੀਤਾ ਲੇਕਿਨ ਸਾਡੀ ਬੁੱਧ ਪ੍ਰੇਸ਼ਟ ਗੁਰੂ ਨੇ ਕਿਹਾ ਕਿ ਗੀਤਾ ਸਿਮਰਤੀ ਪੋਥੀਆਂ ਪੜ੍ਹੇ ਜਿਹੜੇ ਤੂੰ ਗ੍ਰੰਥ ਹਜ਼ਾਰ ਜਿਹੜੀ ਤੈਨੂੰ ਖਿੱਚ ਕੇ ਲੈ ਗਈ ਪਸ਼ੂ ਤੈਨੂੰ ਮੁਰਦਾਰ ਕਰ ਦਿੱਤਾ ਅਸ਼ੂਧ ਕੀ ਹੈ ਮੁਰਦਾਰ ਉੱਤੋਂ ਤੇਰੇ ਲੁਤਫੇ ਖਾ ਲੈ ਤੇਰੇ ਉੱਤੇ ਕੁਛ ਨਹੀਂ ਛੱਡਿਆ ਉਹਨਾਂ ਨੇ ਤੇਰੇ ਲੁਤਫੇ ਖਾ ਲੈ ਤੇਰੇ ਕਰਗ ਵੀ ਪੈ ਬੁਲੈਂਦੇ ਅੱਜ ਕਰਗ ਵੱਧ ਗਏ ਨੇ ਤੁਸੀਂ ਕੀ ਸਮਝਦੇ ਆਪਣੇ ਆਪ ਨੂੰ ਤੁਹਾਡੇ ਕੋਲ ਚਾਲੂ ਹੈ ਤਾਂ ਦੁਨੀਆਂ 'ਚ ਆਪਣੇ ਗੁਰੂ ਤੋਂ ਬਿਨਾਂ ਸਾਹਿਬ ਰਵਿਦਾਸ ਜੀ ਮਹਾਰਾਜ ਤੋਂ ਬਿਨਾਂ ਸਵਾਮੀ ਈਸ਼ਰ ਦਾਸ ਤੋਂ ਬਿਨਾਂ ਤੁਹਾਡਾ ਕੋਈ ਚਾਲੂ ਨਹੀਂ ਬਣਿਆ ਜੋ ਬੋਲੇ ਸੋ ਨਿਰਭੈ ਸੋ ਗੁਰੂ ਰਵਿਦਾਸ ਜੀ ਮਹਾਰਾਜ ਗਰੀਬਾਂ ਦਾ ਮਜਰੂਮਾਂ ਦਾ ਕੌਣ ਬਣਦਾ ਤੁਸੀਂ ਸਾਹਿਬ ਗੁਰੂ ਰਵਿਦਾਸ ਜੀ ਮਹਾਰਾਜ ਇਹਨਾਂ ਦਾ ਪੂਰਾ ਜੀਵਨ ਤੁਹਾਡੀ ਆਜ਼ਾਦੀ ਲਈ ਲਾ ਦਿੱਤਾ ਕੋਈ ਅੱਜ ਉਹਨਾਂ ਨੂੰ ਵਿਤਕਰੇ ਪਾ ਕੇ ਬੈਠੇ ਨੇ ਫਰਜ਼ ਪਾ ਕੇ ਬੈਠੇ ਨੇ ਊਚ ਨੀਚ ਦੇ ਲੈਵਲ ਬਣਾ ਕੇ ਬੈਠੇ ਨੇ ਲੇਕਿਨ ਗੁਰੂਆਂ ਦੀ ਤਹੀਨ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਵੀ ਲਿਖਿਆ ਹੋਇਆ ਸਾਰਾ ਸਪਸ਼ਟ ਹੈ ਅਸੀਂ ਸੁਣਦੇ ਆ ਗਏ ਸਾਰਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਉਹ ਸਾਰੇ ਕਿਆ ਕੁਛ ਨਹੀਂ ਲਿਖਿਆ ਅਮਲ ਕੀ ਹੈ ਸਾਨੂੰ ਉਸ ਚੀਜ਼ ਦੇ ਉੱਤੇ ਲੇਕਿਨ ਫਿਰ ਵੀ ਸਾਡੇ ਮਨ ਦੇ ਵਿੱਚ ਲੈਵਲ ਹੋ ਗਏ ਕੋਈ ਗੁਰੂ ਕੋਈ ਭਗਤ ਕੋਈ ਗੁਰੂ ਕੋਈ ਭਗਤ ਨਹੀਂ
ਭਗਤੀ ਤੇ ਪਰਮਾਤਮਾ ਦੀ ਕੀਤੀ ਹੈ। ਪਰਮਾਤਮਾ ਦੇ ਭਗਤ ਤੇ ਸਾਰੇ ਜਿਹਨੇ ਭਗਤੀ ਕੀਤੀ ਹੈ, ਸ਼ਿਵ ਜੀ, ਵਿਸ਼ਨੂੰ, ਬ੍ਰਹਮਾ, ਜਿਹੜਾ ਵੀ ਉਹਦੀ ਭਗਤੀ ਕਰਦਾ, ਖੇਤੀ ਕੁਲ ਦੇਵਤਾ, ਗੁਰੂ, ਸੰਤ, ਮਹਾਤਮਾ, ਰਿਸ਼ੀ ਮੁਨੀ, ਫਕੀਰ, ਜਿਤਨੇ ਵੀ ਆਏ ਨੇ, ਦੇਵੀ ਦੇਵ, ਸਭ ਪਰਮਾਤਮਾ ਦੀ ਭਗਤੀ ਕਰਕੇ ਗਏ ਨਾ। ਰੱਬ ਨੂੰ ਯਾਦ ਕੀਤਾ, ਕੋਈ ਹੋਰ ਤਾਂ ਹੈ ਨਹੀਂ, ਰੱਬ ਸਾਰਿਆਂ ਦਾ ਇੱਕੋ ਹੀ ਹੈ। ਲੇਕਿਨ ਇੱਥੇ ਦੇ ਵਿਤਕਰੇ ਦੇਖ ਲਓ, ਦੁਨੀਆਂ ਦੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਸਾਡੇ ਨਾਲ ਦਾ ਧਰਮ ਕੋਈ ਨਹੀਂ, ਜਾਂ ਕਿ ਮੁਸਲਮਾਨ ਨੂੰ ਪੁੱਛ ਲਿਆ, ਅਸੀਂ ਦੇਖ ਕੇ ਦੁਬਈ ਵਿੱਚ ਸਾਰਾ ਹਾਲ ਅਰਬ ਕੰਟਰੀਆਂ ਦਾ, ਮੁਸਲਮਾਨ ਕਹਿੰਦਾ ਮੇਰੇ ਨਾਲ ਰਿਜਲ ਕੋਈ ਨਹੀਂ ਦੁਨੀਆਂ 'ਚ, ਮੇਰਾ ਕੁਰਾਨ ਵਰਗਾ ਖੁਦਾ ਦੀ ਜਮਾਇਆ, ਮੇਰੇ ਨਾਲ ਦਾ ਅਸਲੀ ਧਰਮ ਕੋਈ ਨਹੀਂ। ਜਿਸ ਨੂੰ ਵੀ ਤੂੰ ਪੁੱਛ ਲਿਆ ਉਹ ਕਹਿੰਦਾ ਮੇਰੇ ਨਾਲ ਦਾ ਅਸਲੀ ਕੋਈ ਨਹੀਂ। ਅਸੀਂ ਕਿੱਥੇ ਜਾਈਏ ਜਿਹੜੇ ਚਾਰ ਦਿਵਾਰੇ ਧੱਕੇ ਖਾ ਰਹੇ ਹਾਂ, ਅਸੀਂ ਅਸਲੀ ਨਹੀਂ, ਅਸੀਂ ਨਕਲੀ ਹਾਂ, ਖੁਦ ਤੁਸੀਂ ਨਕਲੀ ਬਣੇ ਹੋਏ ਹੈ, ਆਪਣੇ ਆਪ ਨੂੰ ਖੁਦ ਤੁਸੀਂ ਖੂਹ ਵਿੱਚ ਪਾਇਆ ਹੋਇਆ। ਜੇ ਤੁਹਾਡੇ 'ਚ ਅਣਕ ਹੋਵੇ, ਸਾਹਿਬ ਗੁਰੂ ਨੇ 28 ਸਾਲ ਦੀ ਮਿਹਨਤ ਕਰਕੇ ਸਾਨੂੰ ਕਿੱਥੇ ਬੁਲਾਦੀਆਂ ਦੇ ਪਹੁੰਚਾ ਦਿੱਤਾ, ਲੇਕਿਨ ਅਸੀਂ ਫਿਰ ਵੀ ਉਸਦੀ ਖੂਹ ਵਿੱਚ ਪੈਣਾ ਚਾਹੁੰਦੇ ਹਾਂ। ਅੱਜ ਤੁਹਾਨੂੰ ਮੈਂ ਦਿਲ ਦੀ ਗੱਲ ਜੋ ਦੱਸੀ ਹੈ, ਮੈਨੂੰ ਸਮਾਜ ਆਪਣੇ ਉੱਤੇ ਬੜੀ ਨਿਰਾਸ਼ਤਾ ਹੈ। ਗੁਰੂ ਦਾ ਦਰਬਾਰ ਉਦਾਸ ਮਹਾਰਾਜ ਜੀ ਦਾ ਬਣਾ ਰਹੇ ਹਨ ਮਿਹਨਤ ਕਰਕੇ, ਜਿਹਨਾਂ ਨੇ ਸਾਨੂੰ ਇੱਥੇ ਤੱਕ ਆਜ਼ਾਦੀ ਦੇ ਕੇ ਸਾਰਾ ਜੀਵਨ ਲਾ ਦਿੱਤਾ, ਜਿਹਨਾਂ ਨੇ ਬਚਨ ਕੀਤੇ, ਉਸ ਵੇਲੇ ਦਾ ਕਿਹੋ ਜਿਹਾ ਮਾਹੌਲ ਸੀ, ਉਹ ਜਿਹਨਾਂ ਨੂੰ ਰੋਟੀ ਕਿਹੋ ਨਹੀਂ ਖਾਣਾ ਮਿਲਦਾ ਸੀ, ਆਪਣੇ ਰੋਟੀ ਨਹੀਂ ਮਿੱਠਾ ਨਹੀਂ ਮਿਲਦੀ ਸੀ, ਉਸ ਵੇਲੇ ਦਾ ਰਾਜ ਦਾ ਹਾਲ ਦੱਸਦੇ ਨੇ, ਜਿਹਨਾਂ ਦੇ ਪਿੱਛੇ ਛੱਜ ਬਣੇ ਜਾਂਦੇ ਸੀ, ਜਿਹਨਾਂ ਦੇ ਪਿੱਛੇ ਟਲ ਬਣੇ ਜਾਂਦੇ ਸੀ, ਛਾਪੇ ਬਣੇ ਜਾਂਦੇ ਸੀ, ਇਹੋ ਜਿਹੀ ਦਿਸ਼ਾ, ਇਹੋ ਜਿਹੀ ਤਹੀਮ ਸੀ ਸਮਾਜ ਦੀ, ਜਿਹਦਾ ਪਰਛਾਵਾਂ ਵੀ ਲੈਣਾ ਨਹੀਂ ਚਾਹੁੰਦੇ ਸੀ। ਲੇਕਿਨ ਨਹੀਂ, ਗੁਰੂਆਂ ਨੇ ਸਾਡੇ ਲਈ ਬੜਾ ਕੁਛ ਕਰਕੇ ਗਏ ਨੇ, ਪਰ ਅੱਜ ਤੁਹਾਨੂੰ ਅਸੀਂ ਬੇਨਤੀ ਕਰਦੇ ਹਾਂ, ਸਾਹਿਬ ਸ੍ਰੀ ਗੁਰੂ ਆਦਿ ਪ੍ਰਕਾਸ਼ ਮਹਾਰਾਜ ਦੇ ਝੰਡੇ ਥੱਲੇ ਆ ਜਾਓ, ਸਾਡਾ ਸਾਨੂੰ ਏਕਤਾ, ਬੇਸ਼ੱਕ ਸੰਤ ਬਲਾਂ ਵਾਲਿਆਂ ਨੇ ਉਹਨਾਂ ਨੇ ਉਪਰਤਮਾਨੀ ਦਾ ਐਲਾਨ ਕੀਤਾ, ਅਸੀਂ ਬੇਨਤੀ ਕੀਤੀ ਸੀ ਕਿ ਗ੍ਰੰਥ ਸ੍ਰੀ ਗੁਰੂ ਆਦਿ ਪ੍ਰਕਾਸ਼ ਮਹਾਰਾਜ ਦਾ ਧਰਮ ਦਾ ਬਣ ਚੁੱਕਾ, ਜਿਹੜਾ 1932 ਵਿੱਚ ਰਜਿਸਟਰ ਹੋ ਗਿਆ। ਲੇਕਿਨ ਕੁਛ ਸਮਾਜਾਂ ਦੇ ਵਿੱਚ ਸ਼ੈਤਾਨ ਵੀ ਹੁੰਦੇ ਨੇ, ਉਹ ਸ਼ੈਤਾਨੀਆਂ ਕਰਕੇ ਆਪਣਾ ਸਿਸਟਮ ਬਣਾ ਲੈਂਦੇ ਨੇ। ਉਹਨਾਂ ਨੂੰ ਪਤਾ ਸੀ ਕਿ ਜੇ ਅਸੀਂ ਆਦਿ ਗ੍ਰੰਥ ਨੂੰ ਮਾਨਤਾ ਦੇ ਦਿੱਤੀ, ਐਲਾਨ ਕਰ ਦਿੱਤਾ, ਸਾਡਾ ਬਲਾਂ ਵਾਲਿਆਂ ਦਾ ਸਾਰਾ ਠੰਡਾ ਪੈਰ ਵਾਲਾ ਕੰਮ, ਆਨੰਦਗੜ੍ਹ ਦਾ ਸਾਰਾ ਉਜਾਗਰ ਹੋ ਜਾਣਾ। ਇਸ ਕਰਕੇ ਉਹਨਾਂ ਨੇ ਸਿਸਟਮ ਸਾਰਾ ਬਦਲਿਆ, ਕਿਉਂਕਿ ਗ੍ਰੰਥ ਜੋ ਮਨਜ਼ੂਰ ਸ਼ੁਦਾ ਹੈ ਸ੍ਰੀ ਗੁਰੂ ਆਦਿ ਪ੍ਰਕਾਸ਼ ਹੈ, ਅੰਮ੍ਰਿਤ ਬਾਣੀ ਹਜੇ ਮਨਜ਼ੂਰ ਸ਼ੁਦਾ ਨਹੀਂ ਹੋਈ ਹੈ, ਅਸੀਂ ਕੋਈ ਹੈ। ਲੇਕਿਨ ਵਿੱਚ ਲੋਕ ਜੋ ਸਮਾਜ ਦੇ ਵਿੱਚ ਨੇ, ਸ਼ੈਤਾਨ ਨੇ, ਉਹ ਪਾੜ ਪਾੜ ਕੇ ਰੱਖਣ ਵਾਲੇ, ਰਾਜਨੀਤੀਆਂ ਕਰਨ ਵਾਲੇ ਨੇ ਸੰਸਾਰ ਦੇ ਵਿੱਚ, ਅੱਜ ਤੁਹਾਨੂੰ ਉਸਦੀ ਦਿਲ ਦੀ ਗੱਲ ਦੱਸ ਦਿੱਤੀ, ਹਕੀਕਤ ਹੈ। ਲੇਕਿਨ ਸਾਨੂੰ ਸਮਝਣਾ ਪਊਗਾ, ਵਿਚਾਰਨਾ ਪਊਗਾ ਕਿ ਅਸੀਂ ਬਚਾਂਗੇ ਕਿੱਦਾਂ, ਉਹਨਾਂ ਤੋਂ ਬਚਣ ਦਾ ਉਪਰਾਲਾ ਇਹੀ ਹੈ ਕਿ ਸ੍ਰੀ ਗੁਰੂ ਆਦਿ ਪ੍ਰਕਾਸ਼ ਮਹਾਰਾਜ ਦੇ ਝੰਡੇ ਥੱਲੇ ਸਾਰੇ ਆ ਜਾਓ, ਗੁਰੂਆਂ ਨੇ ਬਚਨ ਸਾਨੂੰ ਕੀਤੇ ਹੈ, ਤੁਹਾਡਾ ਬਚਨ ਦਾ ਇੱਕੋ ਉਪਾਅ, ਨਹੀਂ ਤਾਂ ਤੁਹਾਨੂੰ ਤੋੜ ਤੋੜ ਕੇ ਉਹਨਾਂ ਨੇ ਖਾ ਲੈਣਾ, ਤੁਹਾਨੂੰ ਜ਼ਮੀਰਾਂ ਸਭ ਖਤਮ ਕਰ ਦਿੱਤੀਆਂ, ਤੁਹਾਡਾ ਇਸ ਭਾਰਤ ਮੁਲਕ ਦੇ ਵਿੱਚੋਂ ਨਾਮ ਸ਼ਾਨ ਵੀ ਨਹੀਂ ਮਿਲਣਾ। ਜਾ ਕੇ ਸੰਵਿਧਾਨ ਦੀ ਗੱਲ ਦੇਖੋ, ਸੰਵਿਧਾਨ ਦੀ ਗੱਲ ਅਸੀਂ ਕਰਦੇ ਹਾਂ, ਸੰਵਿਧਾਨ ਨੂੰ ਮਿਟਾਉਣ ਵਾਸਤੇ, ਸੰਵਿਧਾਨ ਨੂੰ ਖਤਮ ਕਰਨ ਵਾਸਤੇ ਬੜੇ ਸ਼ੈਤਾਨ ਮਗਰ ਲੱਗੇ ਹੋਏ ਨੇ। ਲੇਕਿਨ ਅੱਜ ਸਾਡੇ ਜਿਹੜੇ ਨੁਮਾਇੰਦੇ ਨੇ ਬਹੁਤ ਪੜ੍ਹ ਲਿਖ ਕੇ ਵਿਦਵਾਨ ਬਣ ਗਏ, ਜਿਸ ਕਰਕੇ ਅਸੈਂਬਲੀਆਂ ਤੱਕ ਪਹੁੰਚ ਗਏ ਨੇ, ਉਹਨਾਂ ਦਾ ਜ਼ੋਰ ਹੈ। ਅਗਰ ਅੱਜ ਨਾ ਹੁੰਦੇ ਤਾਂ ਸ਼ਾਇਦ ਸੰਵਿਧਾਨ ਨੂੰ ਬਦਲਣ ਨੂੰ ਟਾਈਮ ਨਾ ਲਾ। ਇਸ ਕਰਕੇ ਤੁਹਾਨੂੰ ਅਸੀਂ ਦੱਸਦੇ ਹਾਂ, ਸੰਵਿਧਾਨ ਦੇ ਵਿੱਚੋਂ ਜੋ ਹੱਕ ਹਕੂਕ ਤੁਹਾਨੂੰ ਵਿਦਿਆ, ਪੜ੍ਹਾਈ ਦੇ, ਚੰਗਾ ਕੱਪੜੇ ਦਾ, ਨੌਕਰੀਆਂ ਤੱਕ, ਜ਼ਮੀਨਾਂ ਤੱਕ, ਜੋ ਵੀ ਹੱਕ ਹਕੂਕ ਤੁਹਾਨੂੰ ਮਿਲੇ ਨੇ, ਸੰਵਿਧਾਨ ਦੇ ਦਿੱਤੇ ਹੋਏ ਨੇ, ਜਿਹੜੇ ਬਾਬਾ ਸਾਹਿਬ ਜੀ ਨੇ ਦਿਲ ਡਾਲ ਕਰਕੇ ਤੁਹਾਡੇ ਲਈ ਮਿਹਨਤ ਕਰਕੇ ਸਾਨੂੰ ਇੱਥੇ ਤੱਕ ਪਹੁੰਚਾਇਆ। ਉਹਨਾਂ ਦੀ ਮਿਹਨਤ ਨੂੰ ਨਹੀਂ ਭੁੱਲਣਾ ਚਾਹੀਦਾ, ਜਿਹਨਾਂ ਨੂੰ ਸਾਡੇ ਲਈ ਹਿੱਤ ਕੀਤਾ, ਅਸੀਂ ਜੀਵਨ ਉਹਨਾਂ ਨੇ ਵੀ ਸ਼ਾਮਿਲ ਕਰਨਾ ਚਾਹੀਦਾ। ਇਸ ਕਰਕੇ ਅਸੀਂ ਤੁਹਾਨੂੰ ਚਲੋ ਜੋ ਬੇਨਤੀਆਂ ਕੀਤੀਆਂ, ਮੁੱਖ ਦਾ ਸਮਾਂ ਥੋੜ੍ਹਾ ਨਜ਼ਦੀਕ ਹੈ, ਅਸੀਂ ਜਿਹੜੀ ਗੱਲ ਤੁਹਾਨੂੰ ਕਰਨ ਲੱਗੇ ਸੀ ਨਾ,
ਕਿ ਜਦ ਉਹਨੇ ਤੋਂ ਸ਼ਹਿਰ ਪਰੋਂਡੇ ਨੂੰ ਬਸ ਜਾਂਦੀ ਸੀ, ਉਹਨੇ ਨੂੰ ਜਾਂਦੀ ਸੀ ਦੋ ਤਿੰਨ ਟਾਈਮ ਹੁੰਦੇ ਸੀ, ਦੋ ਤਿੰਨ ਟਾਈਮ ਸੀ ਅਤੇ ਇੱਕ ਉਹ ਬੱਸਾਂ ਜਿਹੜੀਆਂ ਕਿੱਦਾਂ ਦੀਆਂ ਸੀ, ਜਿੱਦਾਂ ਬਿਲਕੁਲ ਬੱਸ ਉਹਦਾ ਨਾਂ ਹੁੰਦਾ ਸੀ, ਉਹਦਾ ਜਿਹੜਾ ਮੂੰਹ ਹੁੰਦਾ ਸੀ ਜਿੱਦਾਂ ਦਾ ਟਰੱਕ ਦਾ ਮੂੰਹ ਹੈ ਨਾ, ਇੱਦਾਂ ਦੀ ਬੱਸ ਆਉਂਦੀ ਸੀ, ਟਰੱਕ ਜੈਸਾ ਮਾਡਲ ਸੀ ਉਹਦਾ। ਉੱਥੋਂ ਬੱਸ ਸਵਾਮੀ ਜੀ ਨੇ ਆਉਣਾ ਸੀ, ਉਦੋਂ ਫੋਨ ਨਹੀਂ ਹੁੰਦੇ ਸੀ, ਚਿੱਠੀਆਂ ਚੁੱਠੀਆਂ ਦੇ ਕੰਮ ਚੱਲਦਾ ਹੁੰਦਾ ਸੀ, ਚਿੱਠੀ ਪਾਣੀ ਕਿਸੇ ਦੇ ਹੱਥ ਭੇਜਣੀ ਜਾਂ ਡਾਕ ਵਿੱਚ ਪਾ ਦੇਣੀ ਤਾਂ ਇੱਦਾਂ ਚੱਲਦਾ ਸੀ ਕੰਮ ਚਿੱਠੀਆਂ। ਉਹ ਕਹਿੰਦੇ ਸਨ ਅਸੀਂ ਚਿੱਠੀਆਂ ਪਾਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ, ਹੁਣ ਚਿੱਠੀਆਂ ਜਾਂਦੀਆਂ ਲੱਗੀਆਂ ਵਿਚਾਰੀਆਂ। ਉਦੋਂ ਸਵਾਮੀ ਜੀ ਨੇ ਕਹਿੰਦੇ ਗੁਰਦਿਆਲ, ਤੁਹਾਨੂੰ ਉਹਨਾਂ ਦੀ ਗੱਲ ਦੱਸਣ ਲੱਗੇ, ਗੁਰਦਿਆਲ ਅਸੀਂ ਸਵੇਰੇ ਸਤਸੰਗ ਹੈ, ਸਵਾਮੀ ਜੀ ਕਿੱਥੇ, ਅਸੀਂ ਡੇਰਾ ਜਾਣਾ। ਉਹਨੇ ਦੇ ਅੱਗੇ ਹੈ ਕਿੰਨਾ ਕਿਲੋਮੀਟਰ, ਉਹਨੇ ਤੋਂ 10 ਕਿਲੋਮੀਟਰ ਡੇਰਾ, ਅਤੇ ਇੱਥੋਂ ਉਹਨਾਂ ਹੈਗਾ 24 ਕਿਲੋਮੀਟਰ, 24 ਅਤੇ 10 34 ਕਿਲੋਮੀਟਰ। ਜਿਹੜੀ ਬੱਸ ਸੀ ਵਿਕਟਰੀ, ਉਹ ਹੁਣ ਉਹ ਟਾਈਮ ਜਿਹੜਾ ਸੀ ਭਰਿਆ ਹੋਇਆ, ਉਹ ਰਸਤੇ ਵੀ ਇੰਨੇ ਨਹੀਂ ਠੀਕ ਹੁੰਦੇ ਸੀ, ਇਹ ਰੋਡ ਜਿਹੜਾ ਭਰਿਆ ਉਹ ਨਹੀਂ ਜਾਂਦਾ। ਸਵਾਮੀ ਜੀ ਮਹਾਰਾਜ ਪੜਿਆੜੀਆ ਤੋਂ ਆ ਕੇ ਅਤੇ ਬੱਸ ਬੈਠ ਗਏ, ਬੱਸ ਵਿੱਚ ਰਸ਼ ਬੜਾ ਸੀ, ਸਵਾਮੀ ਜੀ ਮਹਾਰਾਜ ਬਾਰੀ 'ਚ ਖੜ੍ਹੇ ਹੈ, ਬਾਰੀ 'ਚ ਖੜ੍ਹੇ ਹੋ ਗਏ ਅਤੇ ਗੁਰਦਿਆਲ ਮੈਂ ਅੱਡੇ 'ਚ ਖੜ੍ਹੇ ਹੋਣਾ, ਉਹਨੂੰ ਕਿਹਾ ਸੀ ਅਸੀਂ ਵੀ ਸਵੇਰੇ ਪਹਿਲਾਂ ਸਤਸੰਗ ਹੈ, ਅੱਜ ਆ ਪੇਟੀ ਲੈ ਕੇ ਉੱਥੇ ਪਹੁੰਚਣਾ, ਪਹਿਲਾਂ ਸਵੇਰੇ ਉੱਥੇ ਖੜਾ ਮਹੀ ਚੰਦ ਸਾਧੂ ਦੀ ਪਿੱਪਲ ਕੋ ਇੱਥੇ ਖੜਾ ਹੁੰਦਾ ਸੀ, ਵਿਕਦੀ ਬੱਸ ਅਸੀਂ ਵੀ ਦੇਖੀ ਹੈ। ਉਹ ਜਦ ਸਵਾਮੀ ਜੀ ਮਹਾਰਾਜ ਉੱਥੋਂ ਪਟਿਆਲੀਆ ਤੋਂ ਬਹਿ ਗਏ, ਉਹ ਬੱਸ ਵਿੱਚ ਅਸੀਂ ਸਵਾਮੀ ਜੀ ਖੜ੍ਹੇ ਨੇ ਅਤੇ ਜਿਹੜਾ ਬੱਸ ਵਾਲਾ ਡਰਾਈਵਰ ਸੀ ਉਸਨੇ ਇੱਥੇ ਰੋਕੀ ਨਹੀਂ, ਦੇਖੋ ਤਾਂ ਇਮਤਿਹਾਨ ਵੀ ਕੋਈ ਕੁਦਰਤ ਹੁੰਦੀ ਆ, ਕੋਈ ਬੱਸ ਕਿਸੇ ਦੇ ਬੱਸ ਉਹਨੇ ਰੋਕੀ ਨਹੀਂ ਅੱਗੇ, ਕਹਿੰਦਾ ਭਰੀਆਂ ਸਵਾਰੀਆਂ ਬਹੁਤ ਹੈ, ਚੜ੍ਹਾਈ ਹੈ ਜੀ, ਜ਼ਿਆਦਾ ਸਵਾਰੀਆਂ ਨਹੀਂ ਪਹੁੰਚੀਆਂ। ਅੱਛਾ ਬੇਟਾ ਜੀ ਮੋਢੇ ਵਿੱਚ ਪੇਟੀ ਪਸਾ ਕੇ ਅਤੇ ਅੱਡੇ 'ਤੇ ਖੜ੍ਹੇ ਹੈ ਅਤੇ ਸਵਾਮੀ ਜੀ ਨੇ ਆਉਣਾ, ਸਾਨੂੰ ਬੱਸ ਰੋਕਣਗੇ ਅਤੇ ਅਸੀਂ ਜਾਵਾਂਗੇ ਉਹਨਾਂ ਨਾਲ। ਫਿਰ ਜਦ ਬੱਸ ਆ ਗਈ, ਉਹ ਡਰਾਈਵਰ ਦਾ ਕੋਈ ਮੂਡ ਬਦਲ ਗਿਆ, ਉਹ ਕਹਿੰਦਾ ਸਵਾਰੀਆਂ ਬਹੁਤ ਹੋ ਗਈਆਂ, ਭਰੀ ਰਸ਼ ਹੈ, ਹੁਣ ਡਰਾਈਵਰ ਨਾਲ ਗੱਡੀ ਨਹੀਂ ਰੋਕੀ। ਜਦ ਬੱਸ ਨਹੀਂ ਰੋਕੀ ਅਤੇ ਜਾਂਦੇ ਜਾਂਦੇ ਸਵਾਮੀ ਜੀ ਬਾਰੀ ਵਿੱਚੋਂ ਹੱਥ ਮਾਰ ਗਏ, ਕਹਿੰਦੇ ਗੁਰਦਿਆਲ ਸਵੇਰ ਨੂੰ ਦੇਲਾ ਪਹੁੰਚ ਜਾਈ, ਸਵੇਰੇ ਸਵੇਰੇ ਤਾਂ ਕੋਈ ਟਾਈਮ ਹੈ ਨਹੀਂ ਹੁੰਦਾ ਸੀ, ਤੇਰਾ ਟਾਈਮ ਬੱਸ ਦਾ ਸੀ, ਜੇ ਬੱਸ ਦਾ ਟਾਈਮ ਦੇਖਦੇ ਆ ਤਾਂ ਸਤਸੰਗ ਤੇ ਨਹੀਂ ਪਹੁੰਚ ਸਕਦੇ ਸੀ। ਸਵੇਰੇ ਉੱਠੇ ਨੇਰੀ ਤੜਕੇ, ਉਹ ਪੇਟੀ ਮੋਢੇ 'ਤੇ ਪਾਈ, ਗੁਰੂ ਕਾ ਬਚਨ ਮੰਨਣਾ ਕਹਿਣਾ ਸਿਖਾਇਆ, ਗੁਰੂ ਕੇ ਬਚਨ ਆ ਸਿੱਖੀ ਸਿਰ ਕੇ ਕਈ ਨਾਮ ਦਾ ਲੈ ਉਹ ਸੰਗਤ ਨੇ, ਅਗਰ ਉਹਨਾਂ ਦੇ ਸੁਧਾਰ ਲਈ ਨਾ ਅਸੀਂ ਹਜੇ ਬਹੁਤ ਨਾਮ ਚੱਲਦੇ ਸਤ ਅਤੇ ਸਖਤ ਵੀ ਸੀ ਨਾ, ਉਹ ਦਫ਼ਤ ਵੀ ਮਾਰ ਦਿੰਦੇ ਸੀ, ਪਰ ਸਾਨੂੰ ਇਹ ਪਤਾ ਅਗਰ ਸਿਰ ਤੋਂ ਇੱਕ ਵੀ ਦਫ਼ਤਾ ਮਾਰਤਾ ਮੁੜ ਕੇ ਡੇਰੇ ਨਹੀਂ ਬਣਨਾ, ਇਹਨੇ ਇਹ ਸਮਰੱਥਾ ਅੱਜ ਦੀ ਸਭ ਦਫ਼ਤਾ ਮਾਰ ਦਿੰਦੇ ਸੀ, ਪਰ ਅਸੀਂ ਵੀ ਹਜੇ ਦਫ਼ਤਾ ਕਿਸੇ ਨੂੰ ਮਾਰਿਆ ਜਾਵੇ ਤਾਂ ਸਾਨੂੰ ਕਹਿ ਦਿੰਦੇ ਕਿਉਂ ਨਹੀਂ ਮਾਰਿਆ, ਕਿਉਂਕਿ ਅੱਜ ਤੱਕ ਬਚਤ ਨਹੀਂ ਦਫ਼ਕਾ ਢਲਦਾ ਹੀ ਕੋਈ, ਹਾਲੇ ਪੂਰਾ ਗਿਆਨ ਨਹੀਂ ਨਾ ਹੁੰਦਾ, ਗਿਆਨ ਲੈਣ ਕੌਣ ਆਉਂਦਾ ਤੁਸੀਂ ਦੱਸੋ ਤਾਂ ਹੈ ਕੋਈ, ਅਤੇ ਅਸੀਂ ਘਰੋਂ ਸਮਾਂ ਕੱਢੀਏ 10 ਮਿੰਟ ਆ ਗਿਆ ਕੋਈ ਚਲੇ ਜਾਈਏ, ਕੋਈ ਆਪਣੇ ਜੀਵਨ ਦੇ ਪ੍ਰਤੀ ਕੋਈ ਦੋ ਗੱਲਾਂ ਸਿੱਖ ਲਈਏ, ਹੈ ਕੋਈ ਮਗਰ ਕੱਢ ਕੇ ਆਉਂਦਾ ਦੇਖੀਏ, ਨਹੀਂ ਚਾਹੁੰਦਾ ਨਹੀਂ ਕੋਈ ਵੀ, ਨਾ ਪਤਾ ਹੈ ਨਾ ਕੋਈ ਇਤਨਾ ਗਿਆਨ ਹੈ, ਬਸ ਨਾਮ ਲੈ ਲਿਆ ਕਿਤੇ ਨਾ ਕਿਤੇ ਆਪਣਾ ਕਰ ਲਿਆ ਠੀਕ ਹੈ, ਨਹੀਂ ਤਾਂ ਸਤਨਾਮ ਵਾਹੀ ਗੁਰੂ, ਇੱਦਾਂ ਹੁੰਦੀ ਅੱਜ ਦੇ ਜਵਾਨੀ ਵਾਲੇ, ਅਸੀਂ ਕਰਦੇ ਹੋ ਕੇ ਕਿਸੇ ਨੂੰ ਕਹਿੰਦੇ ਨਹੀਂ। ਫਿਰ
ਪਿਤਾ ਜੀ ਕਹਿੰਦੇ ਆ ਕਿ ਸਵਾਮੀ ਜੀ ਦੇ ਕਹਿ ਗਏ ਸੀ ਮੇਰੇ ਦੇਹਲਾ ਪਹੁੰਚ ਜਾਈ। ਹੁਣ ਦੇਹਲਾ ਤਾਂ ਬੜੀ ਦੂਰ ਆ, ਸਫ਼ਰ ਤੁਰ ਕੇ ਜਾਣਾ ਬੜਾ ਔਖਾ, ਫਿਰ ਵੀ ਉਹਨਾਂ ਨੇ ਹੌਸਲਾ ਕੀਤਾ। ਗੁਰੂ ਦਾ ਬਚਨ ਭੁੱਲਿਆ ਨੇ, ਰਾਤ ਨੂੰ ਉਹੀ ਸੁਣ ਗਿਆ ਹੈ ਕਿ ਸਵੇਰੇ ਕਿਹੜੇ ਵੇਲੇ ਧੜਕੇ ਉੱਠਾਂਗੇ। ਧੜਕੇ ਉੱਠ ਕੇ ਅਤੇ ਪੇਟੀ ਵੀ ਲੈ ਕੇ ਜਾਣੀ ਹੈ, ਪੇਟੀ ਦਾ ਭਾਰ ਵੀ 5-10 ਕਿਲੋ ਹੁੰਦਾ ਹੈ। ਕਹਿੰਦੇ ਵਿੱਚ ਵਸਾਈ ਸੰਤਾਂ ਨੇ ਪੇਟੀ ਸਵੇਰੇ ਉੱਠੇ, ਇਸ਼ਨਾਨ ਕੀਤਾ, ਪੇਟੀ ਵਸਾ ਕੇ ਤੁਰ ਪਏ, ਹੌਸਲਾ ਰੱਖਿਆ, ਸਵਾਮੀ ਜੀ ਨੂੰ ਯਾਦ ਕਰਦੇ ਹਾਂ, ਉਹਨਾਂ ਦੀ ਭਜਨ ਭੰਗੀ ਕਰਦੇ ਹਾਂ, ਚੜ੍ਹਾਈ ਚੜ੍ਹ ਗਏ, ਸ਼ੁਰੂ ਹੋ ਗਏ। ਜਾ ਕੇ 2.5 ਘੰਟੇ ਦੇ ਵਿੱਚ, 2.5 ਘੰਟੇ ਵਿੱਚ ਕਿੱਥੋਂ ਤੁਰੇ ਹੋਏ, ਉੱਥੇ ਜਾ ਕੇ 8:30 ਵਜੇ ਦੇਹਲਾ ਪਹੁੰਚ ਗਏ। ਜਦ ਦੇਹਲਾ ਪਹੁੰਚੇ ਅਤੇ ਸਵਾਮੀ ਜੀ ਮਹਾਰਾਜ ਉਸ ਦੇਹਲਾ ਤੋਂ ਥੋੜ੍ਹਾ ਥੋੜ੍ਹਾ ਰੋਡ ਪੱਕਾ ਜਾਂਦਾ ਹੈ ਜਿਹੜਾ ਨੰਗਲ ਨੂੰ ਜਾਂਦਾ, ਉੱਥੋਂ ਥੋੜ੍ਹੀ ਨਾਲੇ ਉਹਦੇ ਦੇਹਲਾ, ਉਸ ਰਸਤੇ ਵਿੱਚੋਂ ਸਵਾਮੀ ਜੀ ਮਹਾਰਾਜ ਘਰ ਪਹੁੰਚ ਗਏ। ਰਾਤ ਦੇ ਕਹਿੰਦੇ ਸਵੇਰੇ ਅਸੀਂ ਗੁਰਦਿਆਲ ਨੂੰ, ਉਹਨਾਂ ਨੇ ਬਸ ਵੀ ਲੋਕੀ ਗੁਰਦਿਆਲ ਨੇ ਸਵੇਰੇ ਆਉਣਾ, ਚੇਤ ਉਹਨਾਂ ਦਾ ਵੀ ਪਿਤਾ ਜੀ ਦੇ ਵਿੱਚ ਹੀ, ਅਤੇ ਹੁਣ ਪਿਤਾ ਜੀ ਦਾ ਚੇਤ ਸਵਾਮੀ ਜੀ ਦੇ ਵਿੱਚ। ਜਦ ਉਹਨਾਂ ਨੂੰ ਯਾਦ ਕਰਦੇ ਕਰਦੇ ਪੇਟੀ ਲੈ ਕੇ ਤੁਰ ਪਏ, ਜਦੋਂ ਦੇਹਲਾ ਪਹੁੰਚੇ, ਸਵਾਮੀ ਜੀ ਮਹਾਰਾਜ ਕਦੀ ਆ ਹੀ ਜਾਂਦੇ ਆ ਰਸਤੇ, ਕਦੀ ਜਾ ਹੀ ਜਾਂਦੇ ਆ, ਅਤੇ ਗੁਰਦਿਆਲ ਆਇਆ ਨਹੀਂ, ਗੁਰਦਿਆਲ ਆਇਆ ਨਹੀਂ। ਜਦ ਪਿਤਾ ਜੀ ਦਾ ਪੇਟੀ ਮੁੜ ਦੇਖੀ, ਸਵਾਮੀ ਜੀ ਨੇ ਪਿਤਾ ਜੀ ਤੁਰੇ ਜਾਂਦੇ ਆ, ਅਤੇ ਉਹਨਾਂ ਦਾ ਇਤਨਾ ਵੱਡਾ ਹੌਸਲਾ ਹੋ ਗਿਆ ਸਵਾਮੀ ਜੀ ਦਾ, ਗੁਰਦਿਆਲ ਨੇ ਵੀ ਜਦੋਂ ਤੁਰ ਕੇ ਆ ਗਿਆ। ਜਦ ਆਏ ਸਵਾਮੀ ਜੀ ਨੇ ਗੱਲ ਬੱਕੜੀ ਵਿੱਚ ਪਿਤਾ ਜੀ ਨੂੰ ਲਿਆ, ਪੇਟੀ ਪਿਤਾ ਜੀ ਨੇ ਰੱਖੀ ਥੱਲੇ, ਉਹ ਗੱਲ ਬੱਕੜੀ ਵਿੱਚ ਲੈ ਲਿਆ, ਜਿੱਦਾਂ ਗੁਰੂ ਨਾਨਕ ਮਹਾਰਾਜ ਜੀ ਨੇ ਅੰਗਦ ਦੇਵ ਨੂੰ ਭਾਵਿਆ। ਤੁਸੀਂ ਅੱਜ ਉਹਨਾਂ ਨੂੰ ਸ਼ਾਇਦ ਅਸੀਂ ਉਹਨਾਂ ਦੇ ਧੀਆਂ ਪੁੱਤਰ ਹੈ, ਅਸੀਂ ਉਹਨਾਂ ਦੀ ਕਦਰ ਨਹੀਂ ਕਰ ਸਕਦੇ, ਜੋ ਸੰਗਤ ਨੇ ਉਹਨਾਂ ਨੂੰ ਮਾਰ ਦਿੱਤਾ। ਅਸੀਂ ਉਹਨਾਂ ਦਾ ਸਤਿਕਾਰ ਨਹੀਂ ਕਰ ਸਕੇ, ਜੋ ਸਰਕਾਰ ਸੰਗਤ ਕਰਕੇ ਜੋ ਮਹਾਨ ਹੋਈ। ਲੇਕਿਨ ਅਸੀਂ ਜਾਈਦਾ ਚਾਹੀਦਾ, ਅੱਜ ਵੀ ਸੰਗਤ ਦਾ ਪਿਆਰ ਦੁੱਧ ਮਿਲਦਾ, ਕਿਹਦੀ ਮਿਹਨਤ ਹੈ, ਪਿਤਾ ਜੀ ਦੀ ਮਿਹਨਤ ਹੀ ਹੋ ਸਕਦਾ, ਉਹਨਾਂ ਨੂੰ ਯਾਦ ਕਰਦਾ, ਅਸੀਂ ਨਹੀਂ ਰੋਕਦਾ, ਉਹਨਾਂ ਦਾ ਪਿਆਰ ਮਿਲਦਾ, ਉਹਨਾਂ ਦਾ ਬਖਸ਼ਿਆ ਹੋਇਆ ਮਿਲਦਾ, ਉਹਨਾਂ ਦਾ ਬੀਜਿਆ ਹੋਇਆ ਬੀਜ ਮਿਲਦਾ, ਅਸੀਂ ਨਹੀਂ ਕਮਜ਼ੋਰ ਕੁਛ। ਸੰਤ ਪਿਤਾ ਭਗਵਾਨ ਲਾਲ ਜੀ, ਪਿਤਾ ਜੀ ਜਦ ਆਸਣ 'ਤੇ ਬਹਿੰਦੇ ਸੀ ਨਾ ਸਾਸਣ 'ਤੇ, ਸੰਗਤ ਵਿੱਚ ਇਤਨਾ ਪਿਆਰ ਸੀ, ਇਤਨਾ ਮੋਹ ਸੀ ਉਹਨਾਂ ਲਈ, ਸੰਗਤ ਸਮਝਦੀ ਸੀ ਜਦ ਦੋਨੇ ਸਿੰਘਾਸਣ ਦੇ ਉੱਤੇ ਬੈਠ ਗਏ ਅਤੇ ਦਰਸ਼ਨ ਕਰਕੇ ਪ੍ਰਸੰਨ ਹੋ ਜਾਂਦੀ ਸੀ, ਇਹਨਾਂ ਉਹਨਾਂ ਦਾ ਪਿਆਰ ਸੀ, ਇਹਨਾਂ ਉਹਨਾਂ ਦਾ ਸੰਯੋਗ ਜੋੜ ਸੀ। ਅੱਜ ਨਹੀਂ ਮਿਲਦਾ, ਅੱਜ ਜਰਾ ਵੀ ਕੋਈ 4 ਲੱਖ 'ਚ ਸਿੱਖ ਸਿੱਖ ਗਿਆ, ਔਰ ਜਿਹਨੇ ਗ੍ਰੰਥ ਲਿਖ ਦਿੱਤਾ ਸ਼ਾਇਦ ਉਹਨਾਂ ਨੂੰ ਕਦੇ ਵੀ ਮਾਰ ਨਾ ਹੋਵੇ, ਬ੍ਰਹਮ ਗਿਆਨ ਦੇਖ ਕੇ ਸਾਨੂੰ ਸਾਗਰ ਲੈ ਗਏ, ਰਾਤ ਦਿਨ ਮਿਹਨਤ ਕੀਤੀ, ਅੱਜ ਅਸੀਂ 2 ਲੱਖ 'ਚ ਪੜ੍ਹਨ ਵਾਲੇ ਹਨ, ਤਾਰ ਕਰਕੇ ਬਹਿ ਗਏ ਕਿ ਸਾਡੇ ਨਾਲ ਦਾ ਕੋਈ ਭਾਤੀ ਨਹੀਂ ਦੁਨੀਆਂ 'ਚ, ਪ੍ਰਚਾਰ ਇਹ ਸਾਡਾ ਬੇੜਾ ਦੁਨੀਆਂ ਦੇ ਵਿੱਚ ਗਰਕ ਹੋ ਗਿਆ, ਅਸੀਂ ਪਾਸ ਨਹੀਂ ਹੋ ਸਕਦੇ, ਉੱਥੇ ਹੀ ਅਸੀਂ ਡੁੱਬ ਜਾਵਾਂਗੇ, ਫੇਲ ਹੋ ਜਾਵਾਂਗੇ। ਅਗਰ ਸੱਚੀ ਪ੍ਰੇਮ ਸੱਚਾ ਪ੍ਰੇਮ ਨਹੀਂ ਹੋਇਆ ਤਾਂ ਸਾਨੂੰ ਕੋਈ ਫਾਇਦਾ ਨਹੀਂ, ਸਿੱਖ ਸਿੱਖ ਤੁਹਾਡੇ ਅਸੀਂ ਡੁੱਬ ਕੀਤੇ ਨੇ, ਸੰਬੰਧ ਨਹੀਂ ਜਾਣਦਾ, ਅਸੀਂ ਭੁੱਲਾਂ ਮਾਰੇਗਾ, ਅਤੇ ਸਾਡੇ ਦੀਪ ਜੀ ਆਏ ਨਹੀਂ ਬੜੀ ਦੂਰੋਂ, ਅੱਜ ਆਏ ਦਸੀਨਾ ਆਪਣੇ ਪ੍ਰੀਤਮ ਦੇ ਨਿਸ਼ਾਨੇ, ਦਸੀਨਾ ਆਜੋ ਆਪਣੇ ਪ੍ਰੀਤਮ ਦੇ ਨਿਸ਼ਾਨੇ।
ਸਵਾਈ ਮੈਂ ਪਰਵਦਾਸ
ਲਗੀਆਂ ਤੋੜ ਨਵਾ ਲਈਏ ਤਨ
ਗੁਰੂ ਲੋਕ ਗੁਰੂ ਪਿਆਰੀ ਨਾਲ ਗੁਰੂ ਸਾਰੀ ਸਾਧ ਸੰਗਤ ਸੰਤ ਮਹਾਂਪੁਰਸ਼ ਸੰਤ ਗੁਰਦਿਆਲ ਜੀ ਜਿਹਨਾਂ ਦਾ ਅੱਜ ਵਰਸ਼ ਸਮਾਗਮ ਹੈ, ਉਹ ਪਰਮਾਤਮਾ ਰੂਪ ਬਣ ਚੁੱਕੇ ਸਨ। ਜਿੰਨੇ ਵੀ ਸੰਤ ਨੇ ਉਹ ਪਰਮਾਤਮਾ ਰੂਪ ਨੇ। ਜਿਸ ਤਰ੍ਹਾਂ ਸ਼੍ਰੀ ਗੁਰੂ ਅਕਾਸ਼ਮਰੇ ਦੀ ਵਰਤ ਦੇਵੀ ਹੈ, ਸਤਿਗੁਰੂ ਗੁਰਦਿਆਲ ਜੀ ਸੰਤ ਰੂਪ ਧਰਿਆਇਆ, ਭੈਰਵਦਾਸ ਸਤਸੰਗਤ ਨਾਮ ਸੁਨੇਹਾ ਲਿਆਇਆ। ਉਹ ਜਗਤ ਦੇ ਅੰਦਰ ਸਤਸੰਗ ਔਰ ਨਾਮ ਦਾ ਸੁਨੇਹਾ ਲੈ ਕੇ ਆਇਆ ਹੈ। ਉਹ ਜਿਹੜਾ ਸੁਨੇਹਾ ਹੈ ਉਸਨੇ ਹੀ ਸਾਨੂੰ ਸਤਸੰਗ ਜੀ ਪਾਰ ਲਾਉਣਾ ਹੈ। ਇਸ ਕਰਕੇ ਸਾਨੂੰ ਉਹਦਾ ਸੁਨੇਹਾ ਹੈ ਉਹ ਹਮੇਸ਼ਾ ਹੀ ਯਾਦ ਰੱਖਣਾ ਚਾਹੀਦਾ ਹੈ। ਵਾਣੀ ਦਾ ਜੋ ਅੰਤਰੀ ਭਾਵ ਹੈ ਉਹਦੇ 'ਤੇ ਸਾਨੂੰ ਚੱਲਣਾ ਚਾਹੀਦਾ ਹੈ। ਜਿਹੜਾ ਇਹਦਾ ਸਮਾਗਮ ਹੈ, ਜਦੋਂ ਸੰਗਤਾਂ ਇਕੱਠੀਆਂ ਹੁੰਦੀਆਂ ਨੇ, ਅਸੀਂ ਇਸੇ ਭਾਵ ਨਾਲ ਇਕੱਠੀਆਂ ਹੁੰਦੀਆਂ ਕਿ ਉਹਨਾਂ ਨੇ ਜੀਵਨ 'ਚ ਕੀ ਕਮਾਇਆ ਅਤੇ ਸਾਨੂੰ ਕੀ ਉਪਦੇਸ਼ ਦੇ ਕੇ ਗਏ ਨੇ। ਉਸ ਉਪਦੇਸ਼ ਦੇ ਨਾਲ ਹੀ ਸਾਡੇ ਘਰਾਂ ਦੇ ਵਿੱਚ ਜਿਹੜਾ ਸਭ ਸੰਪਤੀ ਲਿਆਉਂਦਾ ਹੈ ਔਰ ਸਾਨੂੰ ਧਰਮ ਅਰਥ ਕਾਮਨਾ ਨੂੰ ਜ਼ਰੂਰੀ ਹੈ। ਇਹਨਾਂ ਸ਼ਬਦਾਂ ਦੇ ਨਾਲ ਹੀ ਸਾਨੂੰ ਦੇਣਾ ਚਾਹੁੰਦੇ ਸਤਿਗੁਰ ਦੇ ਚਰਨਾਂ ਦਾ ਧਿਆਨ ਕਰੀਏ। ਬੇਨਤੀ ਆਰਤੀ ਸੌਮੀਸ਼ਨ ਨਾਲ ਸਤਿਗੁਰ ਅਰਦਾਸ ਮਾਤਾ ਦੇ ਚਰਨਾਂ ਦੇ ਵਿੱਚ ਕਰੀਏ। ਕਵਣ ਇਸਕੋ ਭਗਤ ਕਹਿੰਦੇ, ਕਵਣ ਕਹਿਣ ਚੱਲਿਆ, ਕਿਤੋਂ ਆਪੇ ਆਇਆ ਦਾਤਾ, ਭਗਤਾਂ ਦਾ ਕਰਨ ਉਧਾਰ। ਇਹ ਬੜਾ ਰੋਲਾ ਜਾਂਦਾ ਕਿ ਭਗਤ ਕਹੀਏ ਕਿ ਗੁਰੂ ਕਹੀਏ, ਪਰ ਜਿਹਨਾਂ ਦੇ ਗੂੰਜਾ ਲਾਜੇ ਸ਼ਿਸ਼ੇ ਬਣੇ ਹੋਣ, ਸੇਵਕ ਬਣੇ ਹੋਣ, ਕੁੱਲ ਦੁਨੀਆਂ ਵੱਡੇ ਵੱਡੇ ਕਾਜੀ ਮੌਲਵੀ ਵੱਡੇ ਵੱਡੇ ਵਿਦਵਾਨ ਪੰਡਿਤ, ਹਰ ਜਾਤ ਦਾ ਵੱਡਾ ਅਹੁਦਾ ਰੱਖਦਾ ਜਿਹੜਾ ਇਨਸਾਨ ਸਤਿਗੁਰੂ ਅਰਦਾਸ ਮਾਤਾ ਸੇਵਕ ਬਣਿਆ ਹੋਏ, ਉਹਨਾਂ ਨੂੰ ਅਸੀਂ ਕੀ ਕਹਿਣਾ? ਭਗਤ ਕਹਿਣਾ ਕਿ ਗੁਰੂ ਸਤਿਗੁਰੂ ਕਹਿਣਾ।
ਸਾਡੇ ਸਤਿਗੁਰੂ ਆ, ਸਾਡੇ ਰੱਬ ਹੈ। ਸੋ ਬੜੀਆਂ ਗੱਲਾਂ ਨੇ, ਕੋਈ ਸਮਾਂ ਨਹੀਂ। ਇਸ ਕਰਕੇ ਇਹ ਦੁੱਖ ਦਾ ਜਿਹੜਾ ਪਾਓ, ਸਾਡੇ ਸਤਿਗੁਰੂ ਹੈ, ਸਾਡੇ ਰੱਬ ਹੈ, ਸਤਿਗੁਰੂ ਰਵਿਦਾਸ ਹੈ। ਸੋ ਆਓ ਉਹਨਾਂ ਦੇ ਚਰਨਾਂ ਦੇ ਵਿੱਚ ਮਨ ਚਿੱਤ ਇਕਾਗਰ ਕਰਕੇ ਬੇਨਤੀ ਕਰੀਏ, ਮਾਣ ਕਰੀਏ ਐਸੇ ਗੁਰੂ ਦੇ, ਸਤਿਗੁਰ ਸਵਾਮੀ ਸ਼ਰਦਾਸ ਮਹਾਰਾਜ ਦੀ, ਸਤਿਗੁਰੂ ਰਵਿਦਾਸ ਮਹਾਰਾਜ ਦੀ ਮਾਣ ਕਰੀਏ ਕਿ ਇੱਦਾਂ ਦੇ ਸਾਡੇ ਗੁਰੂ ਹੋਏ ਆ ਕਿ ਅਸੀਂ ਇੱਦਾਂ ਦੇ ਸਤਿਗੁਰਾਂ ਦੇ ਸੇਵਕ। ਮਾਣ ਕਰੀਏ ਵੀ ਹੀਣ ਭਾਵਨਾ ਨਾ ਆਪਣੇ ਦਿਲ ਦੇ ਵਿੱਚ ਰੱਖੀਏ ਕਿ ਉਹਨਾਂ ਦੇ ਵੱਡੇ ਆ ਸਾਡੇ ਛੋਟੇ, ਨਹੀਂ। ਸਤਿਗੁਰੂ ਰਵਿਦਾਸ ਮਹਾਰਾਜ ਸਰਬ ਕਲਾ ਸੰਪੂਰਨ ਹੈ, ਆਪ ਰੱਬ ਹੈ, ਉਹਨਾਂ 'ਤੇ ਭਰੋਸਾ ਰੱਖੀਏ। ਆਓ ਉਹਨਾਂ ਦੇ ਚਰਨਾਂ ਦਾ ਧਿਆਨ ਕਰੀਏ ਔਰ ਬੇਨਤੀ ਆਪਣੀ ਗ੍ਰਹਿਣ ਕਰੀਏ। ਜਦੋਂ ਇਹ ਆਰਤੀ ਗਾਇਨ ਕੀਤੀ ਸੀ ਸਤਿਗੁਰੂ ਰਵਿਦਾਸ ਮਹਾਰਾਜ ਨੇ, ਨਾਗਰਮਲ ਰਾਜਾ ਸੀ ਉਸ ਵੇਲੇ, ਤਾਂ ਪਾਣੀ ਤੇ ਪੱਥਰੀ ਤਰ ਗਈ ਸੀ। ਐਸੀ ਇਸ ਆਰਤੀ ਦੇ ਵਿੱਚ ਸ਼ਕਤੀ ਹੈ ਤੇ ਸਾਡਾ ਮਨ ਵੀ ਜਿਹੜਾ ਪੱਥਰ ਦਾ ਬਣਿਆ ਹੈ ਇਹ ਵੀ ਤਰ ਜਾਏਗਾ ਜੇ ਸਤਿਗੁਰੂ ਰਵਿਦਾਸ ਮਹਾਰਾਜ ਦੀ ਇਸ ਆਰਤੀ ਨੂੰ ਗਾਇਨ ਕਰੇਗਾ। ਆਓ ਹਾਜ਼ਰੀ ਲਾਈਏ ਸਤਿਗੁਰ ਦੇ ਚਰਨਾਂ ਦੇ ਵਿੱਚ। ਹੇ ਨਾਥ ਨੇ ਕੇ ਨਾਥ ਸੁਆਮੀ ਹਮ ਬਾਲਕ ਤੁਮਰੇ ਬਾਲ ਸਰਵਾ ਸੰਸਾਰ ਸੇਤ ਹੈ ਦੂਤ ਪੜਾਉ ਹਮ ਕੀ ਜੋ ਬੇਗ ਧਿਆਨ ਸੁਆਮੀ ਅਲਾਰ ਸੂਤ ਤੁਮਾਰ ਤੁਹੀ ਹੈ ਰਾਮ ਰਹੀ ਸਾਰੇ ਨਾਮ ਤੇ
ਸਤਨਾਮ ਸੂਰਮੀ ਜੈ ਗੁਰਦੇਵ ਅਰਦਾਸ ਆਦਿ ਮਤਜੀ ਸਤਵੀਂ ਅਰਦਾਸ ਆਦਿ ਮਤੀ ਆਈ ਆਦਿ ਪੰਥ ਅਪਾਦ ਬੰਦ ਛੜਵਾਈ ਗੁਰੂ ਕਬੀਰ ਗੁਰੂ ਰਵਿਦਾਸ ਪਾਲ ਕ੍ਰਿਸ਼ਨਾ ਦੇਵ ਰਾਮ ਨਾਮ ਮਤ ਦੀ ਪੈਜ ਰੱਖਣ ਹਾਰੇ ਅੱਠ ਤੇ ਗਿਆਰਾਂ ਸਹਾਰੇ ਜਹਾਂ ਜਹਾਂ ਕਸ਼ਟ ਮਤ ਪਰਿਆਏ ਠਾਕੁਰ ਜੀ ਮੋਤ ਸਹਾਇ ਅਤਿਥੀ ਮਤ ਕਰੈ ਅਰਜੋਈ ਅੱਜ ਬਾਜੋ ਨਾ ਭਾਵੈ ਢੋਈ ਸਗਲ ਮਤ ਗੁਤੁਮ ਦੀ ਓਟ ਅੰਨ ਧਨ ਕੀ ਨਾ ਲਾਗੈ ਤੋ ਟੀਕੇ ਤੇ ਸਰਤਸਰ ਕਰੈ ਤੁਮਰੀ ਸ਼ਰਨ ਪੜ ਸਭ ਹੀ ਤਰੇ ਸੰਤਨਾ ਭਗਤਾਂ ਕੇ ਰਿਸ਼ਪਾਲਾ ਸਰਬ ਆਦਿ ਦੁਆਰੋ ਕੇ ਰਖਵਾਲਾ ਜੋ ਕਲੀਮ ਜੀ ਆਪ ਜੀ ਦੇ ਦਰ ਆਵੈ ਸਭ ਹੀ ਤੁਮਰੀ ਸ਼ਰਨ ਕਾਵੈ ਊਚ ਨੀਚ ਮਹਾਂਦੁਸ਼ਟੀ ਸਭ ਕੋ ਹੀ ਸਹਾਇ ਜੋ ਕੋਹੜੀ ਦੁਸ਼ਟੀ ਜੋ ਚਲ ਆਏ ਤੇਰੇ ਦਰਬਾਰ ਸਗਲ ਕਿਸਨਿਓ ਟੇਰ ਪੁਕਾਰ ਆਦਿ ਮਤ ਸਾਡਾ ਹੀ ਗਾਏ ਸਵਾਸ ਸਵਾਸ ਜੀ ਹੀ ਧਿਆਏ ਕਲਮਲ ਕਲਦਮ ਬੀਜ ਮਗੋਇਆ ਰਾਖੋ ਕਾਟੋ ਆਠ ਮਗੋਇਆ ਇਸ ਮਤੀ ਕੀ ਕੇ ਦਾਤੇ ਹੱਥ ਦੇ ਰਾਖੋ ਅਭਗਤ ਜਾਤੇ ਆਪ ਜੀ ਦੇ ਝੰਡੇ ਹੇਠ ਸਭ ਆਏ ਸਾਹਿਬ ਸ਼੍ਰੀ ਗੁਰੂ ਆਤਮਾਦਾਸ ਮਹਾਰਾਜ ਜੀ ਕੋ ਸ਼ੀਸ਼ ਨਵਾਏ ਇਸਮੇ ਹੈ ਸਭ ਦੀ ਭਲਿਆਈ ਰੱਬਾ ਹੀ ਸਭ ਪੰਨੇ ਲਾਈ ਪੜੈ ਸੁਣੈ ਸਿੱਖੈ ਜੁਗਤੀ ਸ਼੍ਰੀ ਆਦਿ ਪ੍ਰਕਾਸ਼ ਪਦ ਮੋਕਸ਼ ਸ਼ਕਤੀ ਸਤਿ ਕਰ ਸੇਵਾ ਲਾਏ ਚਾਰ ਪਦਾਰਥ ਘਰ ਮੈਂ ਹੀ ਪਾਏ ਬੋਲੇ ਸੋ ਨਿਰਭੈ ਸਤਿਗੁਰੂ ਬਾਲ ਵੀ ਕਰਦਾਸ ਹੇ ਧੰਨ ਧੰਨ ਸਤਿਗੁਰੂ ਦਾ ਦਰ ਪਿਤਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਧੰਨ ਧੰਨ ਸਤਿਗੁਰੂ ਸਵਾਮੀ ਈਸ਼ਰਦਾਸ ਮਹਾਰਾਜ ਜੀ ਧੰਨ ਧੰਨ ਹਾਜ਼ਰ ਹਜ਼ੂਰ ਸੱਤ ਸੌ ਮਹਾਂਪੁਰਸ਼ਾਂ ਦੇ ਨਾਮ ਪਰ ਬਾਣੀ ਜਗ ਦੇ ਜੋਤ ਸਾਹਿਬ ਸ਼੍ਰੀ ਗੁਰੂ ਆਦਿ ਪ੍ਰਕਾਸ਼ ਮਹਾਰਾਜ ਜੀਓ ਹੇ ਦਤਾਰ ਪਿਤਾ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਸਤਿਗੁਰੂ ਸਵਾਮੀ ਈਸ਼ਰਦਾਸ ਮਹਾਰਾਜ ਜੀਓ ਆਪ ਜੀ ਦੇ ਗੁਰੂ ਘਰ ਦੇ ਸੇਵਕ ਮਹਾਰਾਜ ਜੀ ਸੰਤ ਗੁਰਦਿਆਲ ਦਾਸ ਜੀ ਮਹਾਰਾਜ ਉਹਨਾਂ ਦੀ ਬਰਸੀ ਮੌਕੇ ਮਹਾਰਾਜ ਜੀ ਆਪ ਜੀ ਦੀ ਪਾਵਨ ਪਿੱਤਰ ਬਾਣੀ ਦੇ ਸਹਿਜ ਪਾਠ ਆਰੰਭ ਸਨ ਆਪ ਜੀ ਦੀ ਬਾਣੀ ਦੇ ਭੋਗ ਪਾਏ ਗਏ ਬਾਣੀ ਪੜ੍ਹਦਿਆਂ ਸੁਣਦਿਆਂ ਸ਼ਬਦ ਕੀਰਤਨ ਕਰਦਿਆਂ ਅਨੇਕਾਂ ਫੁੱਲਾਂ ਹੋ ਜਾਂਦੀਆਂ ਨੇ ਅਣਜਾਣ ਬੱਚੇ ਸਮਝ ਕੇ ਬਖਸ਼ ਲੈਣਾ ਸਤਿਗੁਰੂ ਜੀ ਕਿਰਪਾ ਕਰਨੀ ਆਈ ਸੰਗਤ ਦਾ ਚੱਲਿਆ ਕਦਮ ਕਦਮ ਲੇਖੇ ਵਿੱਚ ਲਾਉਣਾ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਦੁੱਖ ਦਲਿੱਦਰ ਕਲੇਸ਼ਾਂ ਦਾ ਨਾਸ਼ ਕਰਨਾ ਜੋ ਵੀ ਤਿੰਨ ਸੁਣ ਸੰਗਤ ਵੱਲੋਂ ਆਪ ਜੀ ਦੇ ਚਰਨ 'ਚ ਭੇਟ ਕੀਤਾ ਗਿਆ ਹੈ ਦਰ ਪ੍ਰਵਾਨ ਕਰਨਾ ਮਹਾਰਾਜ ਨੂੰ ਆਪ ਜੀ ਸੰਗਤ ਅਜਿਹੀ ਦਾ ਸਤਿਕਾਰ ਕਰਦੇ ਹੋਏ ਰੁਮਾਲੇ ਵੀ ਭੇਟ ਕੀਤੇ ਗਏ ਰੁਮਾਲੇ ਅੰਗੀਕਾਰ ਕਰਨੇ ਸੇਵਕਾਂ ਦੀ ਸੇਵਾ ਦਰ ਪ੍ਰਵਾਨ ਕਰਨੀ ਆਪ ਜੀ ਮਿਲ ਕੜਾ ਪ੍ਰਸ਼ਾਦ ਦੀ ਦੇਗ ਵੀ ਹਾਜ਼ਰ ਹੈ ਤੇ ਲੰਗਰਾਂ 'ਚੋਂ ਪ੍ਰਸ਼ਾਦ ਦੀ ਵੀ ਹਾਜ਼ਰ ਨੇ ਆਪ ਜੀ ਨੂੰ ਭੋਗ ਲੱਗੇ ਭੋਗ ਲੱਗਿਆ ਪ੍ਰਸ਼ਾਦ ਜੋ ਦਿਨ ਸਕੇ ਆਪ ਜੀ ਦਾ ਨਾ ਸੋ ਹਮ ਸੋ ਹਮ ਸੋ
ਹੁਕਮ ਜਪੇ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤ ਨੂੰ ਨਿਹਾਲ ਕਰਨਾ ਜੀ। ਜੋ ਜੀ ਆਏ ਸੋ ਰਾਜੀ ਜਾਏ, ਜੋ ਅੜੇ ਸੋ ਚੜੇ, ਤੇਰੀ ਸ਼ਰਨ ਲੱਗ ਸਭ ਹੀ ਤੇ ਚੜ੍ਹਦੀ ਕਲਾ ਕਰਦੀ ਪੀੜਾ ਤੇਰੇ ਪਹਾੜੇ ਹਰ ਸੋ ਹੀਰਾ ਛਾੜ ਕੇ।